सब तो पहला जी सेवा लैके एक लाख रुपया दान किया है नाल इन्हां वीरां ने, सेवा तो सेवा और उस तो उत्ते फिर सेवा। इन्ना वड्डा पराला कि 40-50 लाख रुपया ला के 170 बंदे लॉकडाउन च फसे दोहा कतर तो पंजाब भेजे, और जहाज का नाम की सीगा तुम सारे सुन के हैरान हो जाओगे। और मेरा भी इन्ना सिर उच्चा आया फकर नाल कि साडे हॉस्पिटल का नाम सीगा जिहड़े उत्थों दे अंबैसडर सीगे दोहा कतर अंबैसी दे अंबैसडर मिस्टर पी कुमरान और मिस्टर फामी और मिस्टर धीरज कुमार और संजीव शर्मा इंडियन अंबैसी संजीव शर्मा ते पूनम शर्मा ए अंबैसडर जिहड़े सीगे ने खुश होए कि इन्हां ने जहाज का नाम फ्लैट का नाम ही नवतेज हमेटी क्लब रख दिता। वाहिगुरु जी का खालसा वाहिगुरु जी की फतेह। गुरु प्यारे सोशल मीडिया से अज एक मसला बहुत पखिया होया है कि आखिर समाज सेवा के नाम के उत्ते यह लुट खसुट क्यों हो रही है, क्यों कुछ लोगों ने अपने जमीर इन्ने मार ले ने कि दिन रात खून पसीना एक करके जो NRI वीर मेहनत का दसवंध भारत भेजते ने पंजाब भेजते ने उस दसवंध के उत्ते भी लोगों ने ऐश करनी शुरू कर दी है, माड़िया नज़र रख लिया ने। अज तुहानू मिलवाने ते दिखाने कि किद्दां असल समाज सेवी सेवा करते हैं, किद्दां दोहा कतर विच लॉकडाउन दौरान फसे हुए 170 पंजाबियों नूं एक जहाज लैके पंजाब पहुँचता है जिस उत्ते लिखिया हुंदा है नवतेज ह्यूमैनिटी क्लब, ते हर पसेंजर दा बोर्डिंग पास भी नवतेज ह्यूमैनिटी क्लब दे नाम उत्ते ही बनता है। ते अज बाबे नानक दे ओ दूत जिन्हां ने 170 फसे हुए पंजाबियों नूं पंजाब पहुँचाया सी ਉਹ ਨਵਤੇਜ ਹਿਊਮੈਨਿਟੀ ਕਲੱਬ ਵਿਖੇ ਪਹੁੰਚੇ 1 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਵਾਸਤੇ, ਅਤੇ ਨਵਤੇਜ ਗੁੱਗੂ ਵੀਰ ਨੇ ਜੱਗ ਸਾਹਮਣੇ ਬਹੁਤ ਸਾਰੇ ਸਵਾਲ ਰੱਖੇ ਅਤੇ ਦੱਸਿਆ ਕਿ ਕਿੱਦਾਂ ਹੁੰਦੀ ਹੈ ਅਸਲ ਸੇਵਾ ਅਤੇ ਕਿੱਦਾਂ NRI ਵੀਰਾਂ ਨੂੰ ਕਰਨਾ ਚਾਹੀਦਾ ਹੈ ਦਾਨ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਔਰ ਵੀਰੇ ਅੱਜ ਮੈਂ ਬੜੇ ਇੱਕ ਦੋ ਅਹਿਮ ਮੁੱਦਿਆਂ 'ਤੇ ਗੱਲ ਕਰਨ ਜਾ ਰਿਹਾ ਹਾਂ, ਉਹਦਾ ਸਾਰੀਆਂ ਪ੍ਰੋਬਲਮਾਂ ਦਾ ਹੀ ਇੱਕ ਹੱਲ ਵਾ। ਜਿਹੜਾ ਰੌਲਾ ਪਿਆ ਹੈ, ਮੈਂ ਅੱਜ ਫਿਰ ਬੋਲਣ ਲੱਗਾ ਹਾਂ ਕਿ ਜਿਹੜਾ ਇਹ ਰੌਲਾ ਪਿਆ ਹੈ ਕਿ ਸਮਾਜ ਸੇਵਾ ਨਾਮ ਦੇ ਉੱਪਰ ਜਿਹੜੀ ਲੁੱਟ ਖਸੁੱਟ ਹੋ ਰਹੀ ਹੈ, ਔਰ NRI ਵੀਰ ਇਮੋਸ਼ਨਲੀ ਬਲੈਕਮੇਲ ਹੋ ਕੇ ਔਰ ਲੱਖਾਂ ਰੁਪਈਆ ਕਈ ਵਾਰ ਜਿਹੜਾ ਹੈ ਉਹ ਭੇਜ ਦਿੰਦੇ ਨੇ ਔਰ ਜਿੱਥੇ ਜਾ ਕੇ ਕਿਤੇ ਨਾ ਕਿਤੇ ਮਿਸਯੂਜ਼ ਹੁੰਦਾ ਹੈਗਾ। ਚਲੋ ਖੈਰ, ਮੈਂ ਇਹਨਾਂ ਮੁੱਦਿਆਂ 'ਤੇ ਬੋਲਾਂਗਾ ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰੂਬਰੂ ਕਰਵਾਵਾਂਗਾ ਰੱਬ ਰੂਪ ਸ਼ਖਸੀਅਤਾਂ ਵੀਰੇ, ਉਹ ਵੀਰ ਨੇ ਜਿਨ੍ਹਾਂ ਨੇ ਦੋਹਾ ਕਤਰ ਤੋਂ ਇੱਕ ਵਾਰ ਘੁਮਾ ਦਿਓ ਕੈਮਰਾ ਤੋਂ ਵੱਧ ਕੈਮਰਾ, ਜਿਨ੍ਹਾਂ ਵੀਰਾਂ ਨੇ ਦੋਹਾ ਕਤਰ ਤੋਂ 170 ਬੰਦਿਆਂ ਦਾ ਜਹਾਜ਼ ਮਤਲਬ ਉਡਾਇਆ ਸੀਗਾ ਔਰ ਇੰਡੀਆ ਵਿੱਚ ਆਏ ਸੀਗੇ। 170 ਬੰਦੇ ਦੋਹਾ ਕਤਰ ਜਿਹੜੇ ਫਸੇ ਸੀਗੇ ਲੋਕਡਾਊਨ ਦੇ ਦਰਮਿਆਨ, ਉਹਨਾਂ 170 ਬੰਦਿਆਂ ਨੂੰ ਪੰਜਾਬ ਦੇ ਵਿੱਚ ਪਹੁੰਚਾਇਆ ਸੀਗਾ। ਔਰ ਅੰਬੈਸੀ ਜਿਹੜੇ ਅੰਬੈਸਡਰ ਸਾਹਿਬ ਸੀਗੇ, ਮੈਂ ਇੱਥੇ ਜ਼ਰੂਰ ਦੱਸਣਾ, ਚਲੋ ਪਹਿਲਾਂ ਮੈਂ ਮੁੱਦੇ ਬੜੇ ਨੇ ਗੱਲ ਕਰਨ ਦੇ, 5-7 ਮੁੱਦੇ ਨੇ, ਪਰ ਮੈਂ ਇੱਥੇ ਸਭ ਤੋਂ ਪਹਿਲਾਂ ਜਿਹੜੀ ਸੇਵਾ ਲੈ ਕੇ 1 ਲੱਖ ਰੁਪਈਆ ਦਾਨ ਕੀਤਾ ਹੈ ਨਾਲ ਇਹਨਾਂ ਵੀਰਾਂ ਨੇ, ਸੇਵਾ ਤੋਂ ਸੇਵਾ ਔਰ ਉਸ ਤੋਂ ਉੱਤੇ ਫਿਰ ਸੇਵਾ। ਇੰਨਾ ਵੱਡਾ ਪਰਾਲਾ ਕਿ 40-50 ਲੱਖ ਰੁਪਈਆ ਲਾ ਕੇ 170 ਬੰਦੇ ਲੋਕਡਾਊਨ 'ਚ ਫਸੇ ਦੋਹਾ ਕਤਰ ਤੋਂ ਪੰਜਾਬ ਭੇਜੇ, ਔਰ ਜਹਾਜ਼ ਦਾ ਨਾਮ ਕੀ ਸੀਗਾ ਤੁਸੀਂ ਸਾਰੇ ਸੁਣ ਕੇ ਹੈਰਾਨ ਹੋ ਜਾਓਗੇ। ਔਰ ਮੇਰਾ ਵੀ ਇੰਨਾ ਸਿਰ ਉੱਚਾ ਆਇਆ ਫਕਰ ਨਾਲ ਕਿ ਸਾਡੇ ਹੋਸਪਿਟਲ ਦਾ ਨਾਮ ਸੀਗਾ ਜਿਹੜੇ ਉੱਥੋਂ ਦੇ ਅੰਬੈਸਡਰ ਸੀਗੇ ਦੋਹਾ ਕਤਰ ਅੰਬੈਸੀ ਦੇ ਅੰਬੈਸਡਰ ਮਿਸਟਰ ਪੀ ਕੁਮਰਾਨ ਔਰ ਮਿਸਟਰ ਫਾਮੀ ਔਰ ਮਿਸਟਰ ਧੀਰਜ ਕੁਮਾਰ ਔਰ ਸੰਜੀਵ ਸ਼ਰਮਾ ਇੰਡੀਅਨ ਅੰਬੈਸੀ ਸੰਜੀਵ ਸ਼ਰਮਾ ਅਤੇ ਪੂਨਮ ਸ਼ਰਮਾ ਇਹ ਅੰਬੈਸਡਰ ਜਿਹੜੇ ਸੀਗੇ ਨੇ ਖੁਸ਼ ਹੋਏ ਕਿ ਇਹਨਾਂ ਨੇ ਜਹਾਜ਼ ਦਾ ਨਾਂ ਫਲੈਟ ਦਾ ਨਾਮ ਹੀ ਨਵਤੇਜ ਹਮੈਟੀ ਕਲੱਬ ਰੱਖ ਦਿੱਤਾ। ਜਦੋਂ ਉਹਨਾਂ ਵੇਖਿਆ ਕਿ ਨੌਜਵਾਨ ਵੀਰ ਇੰਨੀ ਵੱਡੀ ਸੇਵਾ ਕਰ ਰਹੇ ਨੇ ਔਰ ਲੋਕਡਾਊਨ ਦੇ ਦਰਮਿਆਨ ਦੋਹਾ ਕਤਰ ਦੇ ਵਿੱਚ 20-25 ਲੱਖ ਦਾ ਰਾਸ਼ਨ ਵੰਡਿਆ ਇਹਨਾਂ ਨੌਜਵਾਨ ਵੀਰਾਂ ਨੇ, ਔਰ ਅੰਬੈਸਡਰ ਇੰਨਾ ਖੁਸ਼ ਹੋਇਆ ਅੰਬੈਸੀ ਦਾ ਦੋਹਾ ਕਤਰ ਦਾ ਕਿ ਜਿਹੜਾ ਜਹਾਜ਼ ਉੱਡਿਆ ਦੋਹਾ ਕਤਰ ਤੋਂ 170 ਬੰਦੇ ਉਹਨਾਂ ਨੂੰ ਆਪਣੇ ਜਿਹੜੇ ਫਸੇ ਪਏ ਲੋਕਡਾਊਨ 'ਚ
ਉਹਨਾਂ ਨੂੰ ਘਰ ਪਹੁੰਚਾਇਆ ਔਰ ਜਹਾਜ਼ ਦਾ ਨਾਮ ਜਿਹੜਾ ਸੀਗਾ ਉਹ ਨਵਤੇਜ ਹਿਊਮੈਨਿਟੀ ਕਲੱਬ ਔਰ ਨਵਤੇਜ ਹਿਊਮੈਨਿਟੀ ਹਸਪੀਟਲ ਦੇ ਨਾਮ ਤੋਂ ਫਲੈਟਾਂ ਜਿਹੜੀਆਂ ਕੱਟੀਆਂ ਟਿਕਟਾਂ ਦੇ ਉੱਤੇ ਇਹੀ ਲਿਖਿਆ ਜਿਹੜੀਆਂ ਟਿਕਟਾਂ ਹੁੰਦੀਆਂ ਹਾਂਜੀ ਜਿਹੜੇ ਬੋਡੀ ਪਾਸ ਹੁੰਦੇ ਆ ਟਿਕਟ ਹੁੰਦੀ ਆ ਉਹਦੇ ਉੱਤੇ ਲਿਖਿਆ ਸੀ ਕਿ ਨਵਤੇਜ ਹਿਊਮੈਨਿਟੀ ਕਲੱਬ ਫਲਾਈਟ ਫਲਾਈਟ ਦਾ ਨਾਮ ਰੱਖਿਆ ਚਲੋ ਖੈਰ ਮੈਂ ਕਾਫੀ ਚੀਜ਼ਾਂ ਦੇ ਵਿੱਚ ਗੱਲ ਕਰਨ ਵਾਲੀ ਹਾਂ ਇਹਦੇ ਵਿੱਚ ਮੈਂ ਦੋ ਚਾਰ ਚੀਜ਼ਾਂ ਰੱਖਾਂਗਾ ਤੇ ਸਭ ਤੋਂ ਵੱਡੀ ਗੱਲ ਆ ਕਿ ਅਗਰ ਸਾਰੇ ਮੰਨ ਜਾਣ ਅੱਜ ਮੈਂ ਸਪੋਕਸਮੈਨ ਟੀਵੀ ਦੇ ਉੱਤੇ ਇੱਕ ਆਪਣੀ ਵੀਡੀਓ ਵੇਖੀ ਉਹਦੇ ਉੱਤੇ ਲਾਈਨ ਲਿਖੀ ਸੀ ਕਿ ਅਗਰ ਸਾਰੇ ਮੰਨ ਜਾਣ ਤਾਂ ਹੋ ਜਾਵੇਗਾ ਹੱਲ ਸਾਰੇ ਮੰਨ ਜਾਣ ਤਾਂ ਹੋ ਜਾਵੇਗਾ ਹੱਲ ਕੀ ਮੰਨ ਜਾਣ ਉਹ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ ਕਿ ਐਨ ਆਰ ਆਈ ਵੀਰ ਜਿਹੜੇ ਸੇਵਾ ਭੇਜਦੇ ਨੇ ਇੱਥੇ ਔਰ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਤੁਹਾਡਾ ਆਪਣਾ ਹੋਸਪਿਟਲ ਆ ਪੰਜਾਬ ਦਾ ਸਭ ਤੋਂ ਬੈਸਟ ਹੋਸਪਿਟਲ ਆ ਪੰਜਾਬ ਦਾ ਸਭ ਤੋਂ ਵੱਡਾ ਅਤੇ ਬੈਸਟ ਚੈਰੀਟੇਬਲ ਹੋਸਪਿਟਲ ਆ ਤੁਹਾਡੇ ਪੈਸੇ ਨਾਲ ਬਣਿਆ ਤੁਹਾਡੀ ਸੇਵਾ ਨਾਲ ਬਣਿਆ ਔਰ ਫਿਰ ਵੀ ਤੁਸੀਂ ਦੂਜੇ ਹੋਸਪਿਟਲਾਂ 'ਚ ਆਪਣਾ ਪੈਸਾ ਦੇ ਰਹੇ ਹੋ ਫਿਰ ਵੀ ਤੁਸੀਂ ਦੂਜੇ ਪ੍ਰਾਈਵੇਟ ਡਾਕਟਰਾਂ ਦੀਆਂ ਜੇਬਾਂ ਭਰ ਰਹੇ ਹੋ ਕਿਉਂ ਭਰ ਰਹੇ ਹੋ ਕਿਉਂਕਿ ਤੁਹਾਡੇ ਸਾਹਮਣੇ ਵੀਡੀਓ ਆਉਂਦੀ ਆ ਔਰ ਵੀਡੀਓ ਦੇ ਵਿੱਚ ਤੁਸੀਂ ਦੇਖ ਕੇ ਇਮੋਸ਼ਨਲੀ ਬਲੈਕਮੇਲ ਹੋਣ ਵਾਲੀ ਗੱਲ ਆ ਇਮੋਸ਼ਨਲੀ ਬੰਦਾ ਬਲੈਕਮੇਲ ਹੋ ਜਾਂਦਾ ਜਦੋਂ ਵੀਡੀਓ ਵੇਖ ਕੇ ਤੁਸੀਂ ਇਮੋਸ਼ਨਲ ਹੁੰਦੇ ਹੋ ਔਰ ਉਸ ਟਾਈਮ ਤੁਸੀਂ ਵੀਡੀਓ ਬਣਾਉਣ ਵਾਲੇ ਬੰਦੇ ਨੂੰ ਜਾਂ ਉਹਨਾਂ ਨੂੰ ਪੈਸਾ ਦੇ ਕੇ ਉਹਨਾਂ ਦੇ ਇਲਾਜ ਦੀ ਮਦਦ ਕਰਦੇ ਹੋ ਪਰ ਮੈਂ ਇੱਥੇ ਇਹ ਗੱਲ ਕਹਾਂਗਾ ਐਨ ਆਰ ਆਈ ਵੀਰਾਂ ਨੂੰ ਕਿ ਪੈਸਾ ਇੱਕ ਬੰਨੇ ਰਹਿ ਗਿਆ ਪੈਸਾ ਦੇਣ ਦੀ ਲੋੜ ਹੀ ਨਹੀਂ ਤਾਂ ਤੁਹਾਡੇ ਕੋਲ ਜਦੋਂ ਵੀ ਕੋਈ ਵੀਡੀਓ ਜਾਂਦੀ ਆ ਤੁਸੀਂ ਉਸ ਵੀਡੀਓ ਨੂੰ ਸਾਡੇ ਮੇਰੇ ਨਾਲ ਸੰਪਰਕ ਕਰੋ ਮੈਨੂੰ ਵੀਡੀਓ ਭੇਜੋ ਕਿ ਭਾਜੀ ਨਵਤੇਜ ਇਹ ਵੀਡੀਓ ਵਾ ਇਹ ਮਰੀਜ਼ ਹੋਸਪਿਟਲ 'ਚ ਇਲਾਜ ਕਰੋ ਔਰ ਅਸੀਂ ਉਸ ਮਰੀਜ਼ ਦਾ ਆਪਣੇ ਹੋਸਪਿਟਲ 'ਚ ਬਿਲਕੁਲ ਫਰੀ ਆਫ ਕੋਸਟ ਇਲਾਜ ਕਰਾਂਗੇ ਜੋ ਤਿੰਨ ਫੁੱਲ ਸੇਵਾ ਮਰੀਜ਼ ਵੱਲੋਂ ਜਾਂ ਕਿਸੇ ਵੱਲੋਂ ਕੋਈ ਪਾ ਦੇਗਾ ਤਾਂ ਠੀਕ ਆ ਨਹੀਂ ਪਾ ਦੇਗਾ ਤਾਂ ਵੀ ਠੀਕ ਆ ਅਗਰ ਕੋਈ ਪਾ ਦੇਗਾ ਤਾਂ ਸਿਰ ਮੱਥੇ ਆ ਕਿਉਂਕਿ ਖਰਚੇ ਬੜੇ ਨੇ ਪੰਜ ਪੰਜ ਲੱਖ ਡਾਕਟਰਾਂ ਦੀਆਂ ਤਨਖਾਹਾਂ ਨੇ ਔਰ ਪੰਜ ਪੰਜ ਲੱਖ ਬਿਜਲੀ ਦਾ ਬਿੱਲ ਸਟਾਫ ਦਵਾਈਆਂ 70-80 ਲੱਖ ਦਾ ਸਾਡਾ ਵੀ ਖਰਚਾ ਹੈਗਾ ਵਾ ਪਰ ਅਸੀਂ ਫਿਰ ਵੀ ਕਹਿੰਦੇ ਅਗਰ ਇੰਨਾ ਵੱਡਾ ਸੈਟਅਪ ਚਲਾਉਂਦੇ ਹਾਂ ਇੰਨਾ ਵੱਡਾ ਹੋਸਪਿਟਲ ਆ ਇੰਨੇ ਮਹਿੰਗੇ ਡਾਕਟਰ ਰੱਖੇ ਨੇ ਸੁਪਰ ਸਪੈਸ਼ਲਿਸਟ ਫਿਰ ਤੁਸੀਂ ਸਾਡੇ ਕੋਲ ਕਿਉਂ ਨਹੀਂ ਭੇਜਦੇ ਮਰੀਜ਼ਾਂ ਨੂੰ ਮੇਰਾ ਸਵਾਲ ਆ ਤੁਸੀਂ ਕਿਉਂ ਨਹੀਂ ਭੇਜਦੇ ਸਾਡੇ ਕੋਲ ਮੇਰਾ ਐਨ ਆਰ ਆਈ ਵੀ ਆਪਣੇ ਸਮਾਜ ਸੇਵਕ ਵੀਰਾਂ ਨੂੰ ਵੀ ਮੇਰੀ ਬੇਨਤੀ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਕੁਝ ਸਮਾਜ ਸੇਵਕ ਵੀਰ ਨੇ ਜਿਨ੍ਹਾਂ ਦਾ ਮੈਂ ਤਹਿ ਦਿਲੋਂ ਸਤਿਕਾਰ ਕਰਦਾ ਹਾਂ ਉਹਨਾਂ ਦੀ ਸੇਵਾ ਜਿਹੜੀ ਆ ਬੜੀ ਉੱਤਮ ਸੇਵਾ ਵਾ ਪਰ ਮੈਂ ਬਾਕੀ ਜਿਹੜੇ ਹੋਰ ਵੀ ਸਮਾਜ ਸੇਵਕ ਨੇ ਜਾਂ ਜਿਨ੍ਹਾਂ ਨੂੰ ਸਾਡੇ ਬਾਰੇ ਨਹੀਂ ਪਤਾ ਮੈਂ ਹੁਣ ਇੰਨੀ ਵੀਡੀਓ ਨੂੰ ਸ਼ੇਅਰ ਕਰਦਿਆਂ ਕਰੋ ਵੀਰੋ ਹਰ ਸਮਾਜ ਸੇਵਕ ਤੱਕ ਇਹ ਵੀਡੀਓ ਪਹੁੰਚੇ ਔਰ ਮੇਰੀ ਉਹਨਾਂ ਅੱਗੇ ਬੇਨਤੀ ਕਿ ਯਾਰ ਤੁਸੀਂ ਕੋਈ ਵੀ ਮਰੀਜ਼ ਲੈ ਕੇ ਆਓਗੇ ਸਾਡੇ ਕੋਲ ਔਰ ਅਸੀਂ ਉਹਦਾ ਇਲਾਜ ਲਗਭਗ ਫਰੀ ਆਫ ਕੋਸਟ ਕਰਾਂਗੇ ਜੋ ਤੁਸੀਂ ਦਾਨ ਆਪਣੇ ਤਿੰਨ ਫੁੱਲ ਦਾਨ ਦੇਣਾ ਹੋਏਗਾ ਤੁਸੀਂ ਦੇ ਸਕਦੇ ਹੋ 12 ਲੱਖ ਰੁਪਈਏ ਦਾ ਕੰਮ ਸਾਡੇ ਹੋਸਪਿਟਲ ਵਿੱਚ 5-6 ਹਜ਼ਾਰ ਰੁਪਏ 'ਚ ਹੋ ਜਾਂਦਾ 2 ਲੱਖ ਦਾ ਕੰਮ 10-15 ਹਜ਼ਾਰ 'ਚ ਹੋ ਜਾਂਦਾ 500 ਰੁਪਏ ਦੀ ਦਵਾਈ 30-35 ਰੁਪਏ 'ਚ ਮਿਲਦੀ ਆ ਕੋਈ ਕਮਰਿਆਂ ਦਾ ਕਿਰਾਇਆ ਨਹੀਂ ਕੋਈ ਵਾਰਡਾਂ ਦਾ ਕਿਰਾਇਆ ਨਹੀਂ ਕੋਈ ਡਾਕਟਰ ਦੀ ਫੀਸ ਨਹੀਂ ਏਸੀ ਲੱਗੇ ਨੇ ਏਅਰ ਕੰਡੀਸ਼ਨ ਆ ਬਾਕੀ ਸਾਰੇ ਹੋਸਪਿਟਲਾਂ ਨਾਲੋਂ ਵਧੀਆ ਹੋਸਪਿਟਲ ਆ ਵਧੀਆ ਡਾਕਟਰ ਨੇ ਫਿਰ ਤੁਸੀਂ ਸਾਡੇ ਹੋਸਪਿਟਲ ਦੇ ਵਿੱਚ ਮਤਲਬ ਮੈਂ ਐਨ ਆਰ ਆਈ ਵੀਰਾਂ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਸਾਡੇ ਹੋਸਪਿਟਲ ਦਾ ਰੈਫਰੈਂਸ ਲਿਆ ਕਰੋ ਕੋਈ ਵੀਡੀਓ ਤੁਹਾਡੇ ਸਾਹਮਣੇ ਆਉਂਦੀ ਹੈ ਮੈਂ ਸਮਾਜ ਸੇਵਕ ਵੀਰਾਂ ਮੇਰੀ ਬੇਨਤੀ ਹੈ ਕਿ ਤੁਸੀਂ ਸਾਡੇ ਹੋਸਪਿਟਲ ਦੇ ਵਿੱਚ ਹੀ ਸਾਡੇ ਨਾਲ ਕੰਟੈਕਟ ਕਰਿਆ ਕਰੋ ਕਿ ਆਹ ਮਰੀਜ਼ ਆ ਮਤਲਬ ਆਹ ਮੁੱਦਾ ਸੀਗਾ ਔਰ ਸਭ ਤੋਂ ਖਾਸ ਮੁੱਦਾ ਜਿਹੜਾ ਹੈ ਵੀਰ ਮੈਂ ਚਲੋ ਕਈ ਵਾਰ ਗੱਲ ਇੱਕ ਕਰਨੀ ਸ਼ੁਰੂ ਕਰ ਦਿੱਤੀ ਹੈ ਦੂਜਾ ਜਿਹੜਾ ਸਭ ਤੋਂ ਖਾਸ ਮੁੱਦਾ ਹੈ ਕਿ ਹਿਊਮੈਨਿਟੀ ਕਲੱਬ ਦੋਹਾ ਕਤਰ ਦੇ ਵੀਰ ਆਏ ਨੇ ਸਾਡੇ ਕੋਲ ਬੜੇ ਹੀ ਮਤਲਬ ਰੱਬ ਰੂਪ ਸ਼ਖਸੀਅਤਾਂ ਨੇ ਵੀਰ ਜਿਨ੍ਹਾਂ ਨੇ ਮਤਲਬ ਤਾਂ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਕਲੱਬ ਦੇ ਨਾਂ ਦਾ ਹੀ ਜਹਾਜ਼ ਉੱਡਿਆ ਦੋਹਾ ਕਤਰ ਤੋਂ ਨਵਤੇਜ ਹਿਊਮੈਨਿਟੀ ਕਲੱਬ ਸਭ ਦਾ ਭਲਾ ਹਿਊਮੈਨਿਟੀ ਕਲੱਬ ਇਹਨਾਂ ਨਾਵਾਂ ਦਾ ਜਹਾਜ਼ ਉੱਡਦਾ ਹੈ ਦੋਹਾ ਕਤਰ ਤੋਂ 177 ਬੰਦੇ ਲੈ ਕੇ ਔਰ ਅੰਮ੍ਰਿਤਸਰ ਲੈਂਡ ਕਰਦਾ ਹੈ ਔਰ 5-5, 6-6 ਮਹੀਨੇ ਤੋਂ ਜਿਹੜੇ ਦੋਹਾ ਕਤਰ 'ਚ ਨੌਜਵਾਨ ਫਸੇ ਸੀ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਪਹੁੰਚਾਉਂਦਾ ਹੈ ਬੜਾ ਮਾਣ ਮਹਿਸੂਸ ਹੋਇਆ ਕਿ ਨਵਤੇਜ ਹਿਊਮੈਨਿਟੀ ਕਲੱਬ ਵਿਦੇਸ਼ਾਂ ਵਿੱਚ ਵੀ ਚਮਕ ਰਿਹਾ ਹੈ ਬੁਲੰਦੀਆਂ 'ਤੇ ਹੈ ਬੜਾ ਵੱਡਾ ਉਪਰਾਲਾ ਹੈ ਇਹਨਾਂ ਨੌਜਵਾਨ ਵੀਰਾਂ ਵੱਲੋਂ ਔਰ ਅੱਜ ਜਿਹੜਾ ਇਹਨਾਂ ਨੇ ਉਸ ਤੋਂ ਵੀ ਵੱਡਾ ਉਪਰਾਲਾ ਕੀਤਾ ਹੈ ਉਹ ਮੈਂ ਵੀ ਜੀ 1 ਲੱਖ ਰੁਪਈਆ ਦਾਨ ਕੀਤਾ ਹੈ ਨਾਲ ਵੀ ਅਸੀਂ ਹੁਣ ਆ ਗਏ
वीरियो 1,00,000 रुपया दान सब तो पहला राशन मंडिया 22-23 लाख रुपये का, फिर 30-40 लाख रुपया ला के नौजवान 177 इतने कराए, जो उतों के अंबैसडर ने जहाज का ना ही फ्लैट का ना ही मैं तेज हटी क्लब रख दिता है। और अज तीसरी बार वीर ने अपनी नेक फिर कमाई के सेवा 1,00,000 रुपया सेवा नवतेज हमेटी हॉस्पिटल दान की। मैं सिर झुकता है इन्होंने वीर के, मैं ये नहीं कह रहा कि 1,00,000 रुपये की वीर 1,00,000 रुपये अलग चीज आ, पर जोड़ा इन्हों का प्यार आ जो उ बोलते हैं कि नवतेज हमेटी हॉस्पिटल क्लब मतलब, और जो उ अपने काम करते हैं जो राशन मंडल अगे कहते हैं कि नवतेज हमेटी क्लब वालों दोहा कतर वालों राशन मंडिया जा रहा है, नवतेज हमेटी क्लब दोहा कतरी टीम वालों ये जहाज बंदे भेज रहे हैं, उसका कोई मुल नहीं दे रहे हो, वो एक सच्ची सुची सेवा है। और ये वीर ने 1,00,000 रुपया दान अपनी नेक गलत कमाई चो रही, मैं फिर कहूँगा मेरी गल शायद किसी ने कौड़ी लगे, ये 1,00,000 रुपया मैं हूँ पूछना वा वीर को पेना वीर ने 1,00,000 रुपया कट्ठा किया कि, और जिमें कट्ठा होया वन ये खून के पसीने की कमाई ना कट्ठा होंगे 1,00,000 रुपया, और इस पैसे NRI वीर का जोड़ा पैसा खाने वाले जोड़े लोग है ना मिसयूज करने वाले लोग, मैं ये गल जरूर कहूँगा कि वह लोगों को सब तो व्डा पाप लगेगा कि आह पैसा खाने वाला बंदा कदे नहीं बच सकता, क्योंकि ये सेवा है बाबे नानक के 20 रुपये ने जोड़े उन्होंने पिता वालों दिए गए थे कि बेस मतलब कोई व्यापार करके आओ, इन्हों भी माता पिता ने इन्होंने 5-5, 10-10 लाख रुपया ला के बाहर भेजा वा कि कोई व्यापार करके आओ, पर इन्होंने अपने व्यापार की जी कमाई सी वो 20 रुपये ने जेडे इन्होंने दीन दुखी बेसहारे वास्ते सेवा की। बड़ा प्यारा मैसेज है वीरियो, मैं यही कहूँगा कि जोड़ा अज विवाद आ बड़ा बड़ा विवाद फेसबुक से जो मैं बहुत समाज सेवक माड़े ने समाज सेवक पैसा खाते हैं मेरा सिर भी जल झुक जाता शर्म नाल, पर मैं उदो ये सोचना वा भी यार ये हो क्यों रहा वा, मतलब NRI वीर क्यों 1,00,000 रुपया भेज देते हैं, क्यों 10-10 लाख रुपया एक मरीज को भेज देते हैं, कि साढ़े को भेजो मरीज साढ़े को मान लो जो कि 1,00,000 रुपया भी लगना वा तो भावें 1 रुपया भी ना दो यार तुम साढ़े को भेजो आपे पैसा आपे लुट बजारी बंद हो जाएगी आपे धंधा आपे बिजनेस बंद हो जाएंगे लोगों के जो सेवा देना बिजनेस अपने आप बंद हो जाएंगे, भाजी ये पैसा कितना कमाई की इस पैसे की कितना की वर्क करते कि सेवा कट्ठी होती है ਭਾਅ ਜੀ ਆਪਣੇ NRI ਦੇ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਇਸ ਟਾਈਮ ਮਿਹਨਤ ਕਰਦੇ ਪਏ ਨੇ ਆਪਣੀ ਉਹਨਾਂ ਦੇ ਪਿਛਲੇ 4-5 ਮਹੀਨੇ ਤੋਂ ਸਾਰੇ ਕੰਮ ਬੰਦ ਪਏ ਸੀ, ਪਰ ਫਿਰ ਵੀ ਉਸ ਬੰਦ ਕੰਮ ਦੇ ਵਿੱਚ ਵੀ ਆਪਾਂ ਇੰਨਾ ਕੁ ਉਪਰਾਲਾ ਕਰ ਦਿੱਤਾ ਸਾਰੇ ਵੀਰਾਂ ਨੇ ਵੀ ਜਿੰਨਾ ਆਪਣੇ ਕੋਲੋਂ ਸਰਿਆ ਬਣਿਆ ਸਾਰੇ ਵੀਰਾਂ ਨੇ ਇਸ ਮਹੀਨੇ ਦੇ ਵਿੱਚ ਵਿੱਚ 1 ਮਹੀਨੇ ਦੀ ਸੈਲਰੀ ਦੇ ਵਿੱਚੋਂ ਕਰੀਬ 9-10 ਵੀਰਾਂ ਨੇ ਆਪਣੀ ਸੈਲਰੀ ਦੇ ਵਿੱਚੋਂ ਕੁਛ 1,000-1,000 ਜਾਂ 2-2 ਹਜ਼ਾਰ ਜਾਂ 10-10 ਹਜ਼ਾਰ ਕਰਕੇ ਫਿਰ 1,00,000 ਰੁਪਇਆ ਬਣਿਆ, ਫਿਰ ਨਵਤੇਜ ਹਮੈਨਿਟੀ ਕਲੱਬ ਨੂੰ ਬਟਾਲਾ ਨੂੰ ਆਪਾਂ ਦਾਨ ਕੀਤਾ। ਇਹ ਗਰੀਬ ਜਿਹੜੇ ਬੇਸਹਾਰਾ ਜਿਨ੍ਹਾਂ ਦਾ ਇਲਾਜ ਵੱਡੇ ਵੱਡੇ ਹੋਸਪਿਟਲਾਂ ਦੇ ਵਿੱਚ ਨਹੀਂ ਹੋ ਸਕਦਾ ਉਹ ਇੱਥੇ ਆਪਾਂ ਤਾਂ ਕਰਕੇ ਦਾਨ ਕੀਤਾ ਵੀ ਕੱਲ੍ਹ ਨੂੰ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਨਾ ਆਵੇ। ਕਿੰਨੀ ਵਧੀਆ ਸੋਚ ਹੈ ਵੀਰੇ, ਇਹ ਗੱਲ ਦੁਬਾਰਾ ਬੋਲ ਦਿਓ ਲਾਸਟ ਵਾਲੀ ਭਾਜੀ, ਇੱਕ ਗੱਲ ਆ ਦੁਬਾਰਾ ਬੋਲ ਦਿਓ ਲਾਸਟ ਵਾਲੀ ਕਿ ਤਾਂ ਕੀਤਾ ਵਾ ਵੀ ਤਾਂ ਕੀਤਾ ਵਾ ਕਿ ਜਿਹੜੇ ਇਸ ਹਸਪੀਟਲ ਦੇ ਵਿੱਚ ਗਰੀਬ ਬੇਸਹਾਰਾ ਜਾਂ ਕੋਈ ਵੀ ਇੱਥੇ ਮਰੀਜ਼ ਆਉਂਦਾ ਵਾ ਉਹਨਾਂ ਕੋਲ ਰੁਪਈਆ ਵੀ ਨਹੀਂ ਹੁੰਦਾ ਤੇ ਉਹ ਇਹ ਗੱਲੋਂ ਝਿਜਕਦੇ ਆ ਕਿ ਸਾਡੇ ਕੋਲ ਉੱਥੇ ਜਾ ਕੇ ਪੈਸੇ ਮੰਗੇ ਜਾਣਗੇ ਜਾਂ ਕੁਛ ਵੀ ਹੋਵੇਗਾ, ਉਹ ਸਾਡੇ ਨਾਲ ਕੰਟੈਕਟ ਕਰੇ ਉਹਨਾਂ ਦਾ ਇਸ ਹਸਪੀਟਲ ਦੇ ਵਿੱਚ ਫ੍ਰੀ ਇਲਾਜ ਕਰਵਾਇਆ ਜਾਏਗਾ। ਨਵਤੇਜ ਸਿੰਘ ਬੁੱਗੂ ਭਾਜੀ ਜਿੱਦਾਂ ਐਸ NRI ਵੀਰ ਨੇ ਕਹਿ ਦਿੱਤਾ ਵਾ ਵੀਰ ਸਿੱਧੀ ਜੀ ਗੱਲ ਆ, ਮੈਂ ਤਾਂ ਯਾਰ ਇਹਦੇ ਵਿੱਚ ਤੇ ਜ਼ਿਆਦਾ ਗੁੰਝਲ ਰਲ ਮਿਲ ਕੇ ਅਸੀਂ ਇਸ ਹੋਸਪਿਟਲ ਨੂੰ ਬਣਾਇਆ 4 ਸਾਲ ਚ, ਬਾਕੀ ਰਾਤ ਦਿਨ ਮਿਹਨਤ ਕਰਕੇ ਇਹਨੂੰ ਬਣਾਇਆ, ਇਹਨੂੰ ਖੜਾ ਕੀਤਾ, 22-23 ਕਰੋੜ ਦੀ ਲਾਗਤ ਨਾਲ ਬਣਿਆ, ਜੋ ਮੇਰੇ ਕੋਲ ਸੀਗਾ 2-3 ਕਰੋੜ ਰੁਪਇਆ ਔਰ 1-2 ਕਾਰਾਂ ਸੀਗਾ, ਇੱਕ ਮੇਰੇ ਫਾਦਰ ਨੇ ਮੈਨੂੰ ਪਹਿਲਾਂ BMW ਲੈ ਕੇ ਦਿੱਤੀ ਸੀ, ਫਿਰ ਮੈਂ ਉਹਦੇ ਕੋਲੋਂ ਬਾਅਦ 'ਚ ਜੈਗੁਆਰ ਕਾਰ ਲਈ ਵੀ ਮੈਨੂੰ ਇੱਕ ਹੋਰ ਦਿਓ, ਉਹ ਮੇਰੀ ਦੂਜੀ ਕਾਰ ਪਹਿਲੀ ਕਾਰ ਮੈਂ ਵੇਚਤੀ ਅਤੇ ਪੈਸੇ ਘੱਟ ਗਏ ਸੀ, ਫਿਰ ਮੈਂ 2-3 ਮਹੀਨੇ ਖਲੋ ਗਏ, ਦੂਜੀ ਵਾਰ ਕਹਿ ਗਏ ਹੁਣ ਮੈਨੂੰ ਦਿਓ ਗੱਡੀ 'ਚ ਜੈਗੁਆਰ ਲਾ ਕੇ ਦਿਓ ਬਾਹਰ, ਨਹੀਂ ਚਲੋ ਉਹਨਾਂ ਦਾ ਕੰਮ ਸਹੀ ਆ ਬਾਹਰ ਰੈਸਟੋਰੈਂਟ ਉਹਨਾਂ ਦਾ, ਉਹਨਾਂ ਦੂਜੀ ਕਾਰ ਮੈਨੂੰ ਲੈ ਕੇ ਦਿੱਤੀ, ਮੈਂ ਉਹ ਵੀ ਵੇਚਤੀ,
ਮਤਲਬ ਕਾਰ ਨੇ ਕੀ ਵੀ ਘਰਦਿਆਂ ਨੂੰ ਕਿਹਾ ਵੀ ਮੈਨੂੰ ਕਾਰ ਲੈ ਕੇ ਤੂੰ ਮੈਨੂੰ ਲੈਣੀ ਹੈ ਤੇ ਲੈਣੀ ਕਿਸ ਵਾਸਤੇ ਕਾਰ ਵੀ ਕਾਰ ਲੈ ਕੇ ਮੈਂ ਵੇਚ ਦਾਂਗਾ ਔਰ ਵੇਚ ਕੇ ਔਰ ਆਪਣਾ ਬੈਲੈਂਸ ਵੱਡਾ ਕਰਾਂ 35-40 lakh ਦੀ ਕਾਰ ਵੇਚੀ ਔਰ ਚਲੋ ਪਿੱਛੇ ਜਗ੍ਹਾ ਲਈ ਬੈਕ ਸਾਈਡ ਤੇ ਜਗ੍ਹਾ ਲਈ ਮੈਂ ਤਾਂ ਕਹਿ ਰਿਹਾ ਕਿ ਵੀਰ ਨੂੰ ਬੜੀ ਮਿਹਨਤ ਨਾਲ ਇਹ ਹੋਸਪਿਟਲ ਖੜਾ ਕੀਤਾ ਹੈ ਅੱਜ ਕਿਤੇ ਜਾਣਾ ਹੋਏ ਨਾ ਮੈਂ ਮੰਨ ਲਓ ਮੈਂ ਕੋਈ ਪ੍ਰੋਗਰਾਮ ਹੋਏ ਤੇ ਮੈਂ ਕਿਰਾਏ ਤੇ ਟੈਕਸੀ ਲੈ ਕੇ ਜਾਂਦਾ ਹਾਂ ਇੱਕ ਮਹੀਨੇ ਦਾ 70 lakh ਮੇਰਾ ਖਰਚਾ ਹੈ ਸਾਡੇ ਹੋਸਪਿਟਲ ਦਾ ਇੱਕ ਮਹੀਨੇ ਦਾ 70 lakh ਖਰਚਾ ਔਰ 22 crore ਦਾ ਹੋਸਪਿਟਲ ਹੈ ਔਰ ਫਿਰ ਵੀ ਮੈਂ ਇਸ ਹੋਸਪਿਟਲ ਦਾ ਜਿਹੜਾ ਮੁੱਖ ਸੇਵਾਦਾਰ ਆ ਉਹਨੇ ਕਿਤੇ ਜਾਣਾ ਹੋਏ ਤੇ ਕਿਰਾਏ ਤੇ ਗੱਡੀ ਲੈਂਦਾ ਕਿਉਂ ਕਿਉਂਕਿ ਜਿਹੜੇ ਮੈਂ ਸੋਚਦਾ ਨਾ ਕਈ ਵਾਰ ਕਿ ਮੈਂ 8-9 lakh ਦੀ ਗੱਡੀ ਲੈਣਾ ਕੋਈ 10-15 lakh ਦੀ ਗੱਡੀ ਲੈਣਾ ਔਰ ਹੌਂਸਲਾ ਨਹੀਂ ਪੈਂਦਾ ਵੀਰੋ ਹੌਂਸਲਾ ਨਹੀਂ ਪੈਂਦਾ ਕਿ ਯਾਰ ਕਾਸ਼ ਉਹੀ 15 lakh ਰੁਪਏ ਦੀ ਕੋਈ ਮਸ਼ੀਨ ਲੈ ਆਉਂਦੇ ਆ ਕੋਈ ਅੱਖਾਂ ਦਾ ਆਪਰੇਸ਼ਨ ਕਰ ਦਾਂਗੇ ਕੋਈ ਐਕਸਟਰਾ ਮਸ਼ੀਨ ਹੋਰ ਵਧੀਆ ਲੈ ਆਉਂਦੇ ਆ ਉਹ 15 lakh ਦੀ ਜਿਹੜੀ ਗੱਡੀ ਲੈਣੀ ਆ ਆਹ ਕਰ ਲਈਏ ਆਹ ਬਣਾ ਲਈਏ ਉਹ ਬਣਾ ਲਈਏ ਆਹ ਜਦੋਂ ਹਰੇਕ ਵਾਰ ਬੰਦਾ ਮੈਦਾਨ ਚ ਕੁੱਦ ਜਾਂਦਾ ਨਾ ਕਿ ਮੈਂ ਸਮਾਜ ਸੇਵਾ ਹੀ ਕਰਨੀ ਆ ਸਭ ਸ਼ੌਂਕ ਖੁਆਇਸ਼ਾਂ ਖਤਮ ਹੋ ਜਾਂਦੀਆਂ ਮੈਂ ਇਹ ਗੱਲ ਤਾਂ ਕਹਿ ਰਿਹਾ ਵਾਂ ਕਿ ਹੌਸਪਿਟਲ ਨੂੰ ਬੜੀ ਮੁਸ਼ਕਲ ਬੜਾ ਹੀ ਅਸੀਂ ਤਨ ਦੇ ਹੀ ਨਾ ਬਣਾਇਆ ਹੋਇਆ ਹੈ ਹਰ ਚੀਜ਼ ਮਤਲਬ ਇੱਥੋਂ ਤੱਕ ਕਿ ਮੈਂ ਤਾਂ ਵੀ ਕਈ ਵਾਰ ਮੁੰਦਰੀਆਂ ਮੰਦਰੀਆਂ ਚੈਨਾ ਚੂਨਾ ਸਭ ਜੋ ਇਹਦੇ ਬੜੀਆਂ ਸੁਰੀਆਂ ਸੁਰੀਆਂ ਚੀਜ਼ਾਂ ਨੇ ਕਾਰਾਂ ਤੱਕ ਇੱਕ ਪਲਾਟ ਤੱਕ ਪਿੱਛੇ ਜੇ ਵੇਚਤਾ 2-3 ਪਲਾਟ ਹੋਰ ਨੇ ਉਹ ਵੀ ਪਿੱਛੇ ਜੇ ਮੈਂ ਸੋਚ ਰਿਹਾ ਸੀ ਕਿ ਵੇਚ ਕੇ ਤੇ ਪਿੱਛੇ ਬਿਲਡਿੰਗ ਬਣਾ ਦਈਏ ਇੱਕ ਹੋਰ ਇਸ ਤਰੀਕੇ ਨਾਲ ਹੌਸਪਿਟਲ ਬਣਿਆ ਵਾ ਤੇ ਮੇਰੀ ਯਾਰ ਬੇਨਤੀ ਆ ਸਮਾਜ ਸੇਵਕ ਵੀਰਾਂ ਅੱਗੇ ਕਿ ਭਰਾਵੋ ਤੁਹਾਡਾ ਆਪਣਾ ਹੌਸਪਿਟਲ ਆ ਸਾਡਾ ਸਾਰਿਆਂ ਦਾ ਹੌਸਪਿਟਲ ਆ NRI ਵੀਰਾਂ ਦੇ ਪੈਸੇ ਨਾਲ ਬਣਿਆ ਹੌਸਪਿਟਲ ਆ ਤੁਸੀਂ ਕਿਉਂ ਲੁੱਟ ਸੁੱਟ ਕਰਾਉਂਦੇ ਹੋ ਤੁਸੀਂ ਕਿਉਂ ਧੱਕੇ ਖਾਂਦੇ ਜੀ ਦੂਜੇ ਹੌਸਪਿਟਲਾਂ 'ਚ ਜਦੋਂ ਤੁਸੀਂ ਸਾਡੇ ਕੋਲ ਮਰੀਜ਼ ਘੱਲੋ ਆਪਾਂ ਇੱਥੇ ਇਲਾਜ ਕਰਾਂਗੇ ਭਾਵੇਂ ਫ੍ਰੀ ਇਲਾਜ 1 rupiya ਵੀ ਨਾ ਦਿਓ ਆਪਾਂ ਇੱਥੇ ਫ੍ਰੀ ਇਲਾਜ ਕਰਾਂਗੇ ਸੋ ਆਹ ਮੇਰੀ ਬੇਨਤੀ ਹੈ NRI ਵੀਰਾਂ ਨੂੰ ਮੇਰੀ ਸਭ ਤੋਂ ਵੱਡੀ ਸਲਾਹ ਵਾ ਕਿ ਇਹ ਬੜਾ ਵੱਡਾ ਹੱਲ ਆ ਇਹਦੇ ਨਾਲ ਇਹ ਸਾਰਾ ਜਿਹੜੀ ਮਿਸਯੂਸਿੰਗ ਹੋਣ ਰਹੀ ਹੈ ਪੈਸੇ ਦੀ ਉਹ ਬੰਦ ਹੋ ਸਕਦੀ ਹੈ ਕਿਉਂ ਕਿਉਂਕਿ ਸਭ ਤੋਂ ਪਹਿਲਾਂ ਮੈਂ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਸਭ ਤੋਂ ਪਹਿਲਾਂ ਨਿਊਜ਼ ਦੀ ਸਭ ਤੋਂ ਪਹਿਲਾਂ ਸਾਡੇ ਪੇਜ 'ਤੇ ਵੀਡੀਓ ਪੈਣੀਆਂ ਸ਼ੁਰੂ ਹੋਈਆਂ ਸੀ ਸਭ ਤੋਂ ਪਹਿਲਾਂ ਸਾਡੇ ਪੇਜ 'ਤੇ ਵੀਡੀਓ ਪੈਣੀਆਂ ਸ਼ੁਰੂ ਹੋਈਆਂ ਸੀ 5-6 ਸਾਲ ਪਹਿਲਾਂ ਦੀ ਗੱਲ ਆ ਔਰ ਮੈਨੂੰ ਪਤਾ ਵਾ ਵੀ ਜਦੋਂ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਨਾ ਤੇ ਜੇ ਮਰੀਜ਼ 'ਤੇ 60,000 rupiya ਲੱਗਣਾ ਮੰਨ ਲਓ ਮਰੀਜ਼ 'ਤੇ 60,000 rupiya ਲੱਗਣਾ ਤੇ ਕਈ ਵਾਰ 16-16 lakh ਰੁਪਈਆ ਇਕੱਠਾ ਹੋ ਜਾਂਦਾ ਸੀਗਾ ਔਰ ਮੈਂ ਵਾਕਿਆ ਜਿਹੜੇ ਲੋਕਾਂ ਦੇ ਸਵਾਲ ਉੱਠ ਰਹੇ ਆ ਨਾ ਅੱਜ ਉਹ ਸਵਾਲ ਬਿਲਕੁਲ ਜਾਇਜ਼ ਨੇ ਮੈਂ ਪਤਾ ਨਹੀਂ ਉਹਨਾਂ ਸਵਾਲਾਂ ਨੂੰ ਇੱਕ ਕਿਉਂਕਿ ਮੈਨੂੰ ਪਤਾ ਬਰੀਕੀਆਂ ਦਾ ਸਭ ਤੋਂ ਪੁਰਾਣਾ ਕਹਿਣ ਦਾ ਮਤਲਬ ਵੀ ਮੈਂ ਹੀ ਆ ਜੇ ਵੇਖਿਆ ਜਾਵੇ ਵੀ ਸਭ ਤੋਂ ਪੁਰਾਣਾ ਐਕਸਪੀਰੀਅੰਸ ਤਾਂ ਸਾਡਾ ਹੀ ਆ ਸਾਡੀ ਸੰਸਥਾ ਦਾ ਹੀ ਆ ਕਿਉਂਕਿ ਸਭ ਤੋਂ ਪਹਿਲਾਂ ਵੀਡੀਓ ਅਸੀਂ ਪਾਉਂਦੇ ਸੀ ਸਾਡੀਆਂ ਵੀਡੀਓ ਮਹੀਨੇ 'ਚ 2-3 ਵਾਇਰਲ ਹੋ ਜਾਂਦੀਆਂ ਸੀ ਅਤੇ ਪੈਸਾ ਇਕੱਠਾ ਹੋ ਜਾਂਦਾ ਸੀ ਸਾਨੂੰ ਵੀ ਕਈ ਵਾਰ ਹੁਣ ਸਾਡਾ ਕਈ ਵਾਰ ਜਿਹੜਾ ਖਰਚਾ ਹੁੰਦਾ ਸੀਗਾ ਉਹ ਮਹੀਨੇ ਦਾ ਮਤਲਬ 10-15 lakh ਹੁੰਦਾ ਸੀ ਅਤੇ ਖਰਚਾ ਜਿਹੜਾ ਸੀਗਾ 20-25 lakh ਰੁਪਈਆ ਬਚ ਗਿਆ ਉਹ ਜਿਹੜੇ ਪੈਸੇ ਬਚਦੇ ਸੀਗੇ ਉਹਨਾਂ ਪੈਸਿਆਂ 'ਤੇ ਸਵਾਲ ਉੱਠਣ ਡਏ ਨੇ ਜਿਹੜਾ ਮਰੀਜ਼ ਦਾ ਮੰਨ ਲਓ 60,000 rupiya ਲੱਗਣਾ ਜਾਂ ਮੰਨ ਲਓ ਕਿਸੇ ਮਰੀਜ਼ 'ਤੇ 1 lakh ਲੱਗਣਾ ਅਤੇ ਜਿਹੜਾ 10-12 lakh ਰੁਪਈਆ ਇਕੱਠਾ ਹੋ ਗਿਆ ਉਹਦੇ ਵਿੱਚੋਂ 1 lakh rupiya ਤਾਂ ਲੱਗ ਗਿਆ ਅਤੇ ਜਿਹੜਾ ਮਗਰ 11 lakh rupiya ਲੈ ਰਹਿ ਗਿਆ ਉਹ 11 lakh 'ਤੇ ਅੱਜ ਉਂਗਲੀ ਉੱਠਦੀ ਪਈ ਵੀ ਉਹ ਕਿੱਥੇ ਆ ਉਹਦਾ ਜਵਾਬ ਮੰਗਦੇ ਨੇ ਲੋਕ ਔਰ ਉਹਦਾ ਜਿਹੜਾ ਜਵਾਬ ਆ ਉਹ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜਿੰਨੇ ਸਮਾਜ ਸੇਵਕ ਵੀਰ ਉਹਦਾ ਜਵਾਬ ਦੇਣਾ ਚਾਹੀਦਾ ਮੈਨੂੰ ਵੀ ਕਈ ਵਾਰ ਲੋਕ ਕਹਿੰਦੇ ਨੇ ਕਿ ਭਾਅ ਜੀ ਮਤਲਬ ਤੁਹਾਡੇ ਕੋਲ ਕੀ ਜਵਾਬ ਆ ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਵੀਰੋ ਮੈਂ ਤਾਂ ਇੱਕ ਦੇਖੋ 22 crore ਦੀ ਲਾਗਤ ਨਾਲ ਇੱਕ ਹੋਸਪਿਟਲ ਬਣਾ ਕੇ ਖੜਾ ਕਰ ਦਿੱਤਾ ਮੇਰੇ ਕੋਲ ਜੋ ਕੁਝ ਹੈਗਾ ਸੀ ਮੇਰੇ ਕੋਲ ਵੀ ਥੋੜ੍ਹਾ ਬਹੁਤ ਜੋ ਪੂੰਜੀ ਸੀ ਮੈਂ ਉਹ ਵੀ ਦਾਨ ਕਰ ਦਿੱਤੀ ਅੱਜ ਤੁਸੀਂ ਮੇਰੇ ਕਿਸੇ ਅਕਾਊਂਟ ਦੇ ਵਿੱਚ 1 lakh rupiya ਨਹੀਂ ਹੈਗਾ ਔਰ ਹੋਸਪਿਟਲ ਦੇ ਅਕਾਊਂਟ 'ਚ ਵੀ ਵੱਧ ਤੋਂ ਵੱਧ 8-9 lakh rupiya ਹੋਣਾ ਅਤੇ ਸੰਸਥਾ ਦੇ ਅਕਾਊਂਟ 'ਚ ਵੀ ਵੱਧ ਤੋਂ ਵੱਧ 2-4 lakh rupiya ਹੋਣਾ ਪਰ ਫਿਰ ਵੀ ਸਾਡਾ ਮਹੀਨੇ ਦਾ 70 lakh ਦਾ ਖਰਚਾ ਜੋ ਸਾਨੂੰ ਆਉਂਦਾ ਮੰਨ ਲਓ ਮਰੀਜ਼ਾਂ ਕੋਲੋਂ ਵੀ ਆਉਂਦੇ ਆ ਥੋੜ੍ਹਾ ਬਹੁਤ ਮਰੀਜ਼ ਵੀ ਆਸਰਾ ਕਰਦੇ ਨੇ ਕੁਝ ਸਾਨੂੰ ਥੋੜ੍ਹਾ ਬਹੁਤ ਚਲੋ 5-7-8 lakh ਰੁਪਈਆ ਡੋਨੇਸ਼ਨ ਆ ਜਾਂਦੀ ਆ ਕੁਝ ਸਾਨੂੰ ਕੁਝ ਮੈਨੂੰ ਘਰੋਂ ਜ਼ਮੀਨ ਦਾ ਠੇਕਾ ਆ ਜਾਂਦਾ ਜਾਂ ਕੁਝ ਇੱਧਰੋਂ ਉੱਧਰੋਂ ਕਰਕੇ ਔਰ ਅਸੀਂ ਆਪਣਾ ਮਹੀਨੇ ਦਾ ਖਰਚਾ ਪੂਰਾ ਕਰਦੇ ਹਾਂ ਨਹੀਂ ਜੇ ਐਡਾ ਵੱਡਾ ਜਿਹੜਾ ਹੋਸਪਿਟਲ ਹੈ ਨਾ ਇਹਦੇ ਅਕਾਊਂਟ 'ਚ 5-7 crore ਰੁਪਈਆ ਚਾਹੀਦਾ ਫਿਰ ਇਹ ਹੋਸਪਿਟਲ ਚੱਲਦੇ ਨੇ ਇੰਨੇ ਵੱਡੇ ਪਰ ਸਾਡਾ ਵੀ ਆੜਾ ਬੜਾ ਵਾ ਪਰ ਮੈਂ
फिर इतने गल करांगा कि सानू कोई भी वीर वीडियो देखता है तो तुम साढ़े ना जरूर संपर्क कर लो। समाज सेवक वीर मेरी बेनती है कि यार साढ़े जिनी सेवा साढ़े को ले सकते जो लै लो। तो एन आर आई वीर मेरी बेनती है कि थोड़े सामने कोई भी वीडियो की तुम मैसेज सुना दो अपना पैसा मैसेज हो तो बचा सकते हो। तुम साढ़े का कंटैक्ट करो, मैं तुम्हें दसागा कि आह बीमारी के किन्ने पैसे लगते हैं और ये बीमारी का ही फ्री इलाज करते हैं। क्योंकि मैनू भी दो मैं भी वीडियो पाँगा जो मेरी कोई वीडियो वायरल होती ही उदों भी 15-20 लाख रुपया इकट्ठा हो जाता है। पर अं तो उस पैसे के नाल हॉस्पिटल बनाना शुरू कर दिता। सगों सू खुशी होंगी कि साढ़े पंजाबी एन आर आई वीर पैसा दे रहे हैं। तो मैनू भी उदों एन आर आई वीर पूछते होंगे कि भाजी साडा पैसा कितने एक भी गलत ना लगे। उन्हें कहना जी बच्ची का किन्ना खर्चा लगा, मैं कहना भैन जी 1 लाख रुपया। तो भाजी उन्होंने वायरल हो गई है, पैसे तो तुम पूरे हो गए होने। मैं झूठ मारना झूठ कि नहीं अजे थोड़े पैसे रेंगे आ, क्यों झूठ मारना? तो सुनो हम मेरी गल ध्यान सुनियो जरा, जो कुछ वड्डा करना हो तो झूठ मारना पैदा। कई बार किसी ने कहना कि भाजी तुम जी वीडियो पाई ही तो वीडियो वायरल बड़ी हो गई है तो तुम वो पैसे तुम आगे हो गए सब वाद आगे होने। मैं झूठ मार कहना नहीं अद्धे पैसे आए ने अजे 50,000 रुपया आया बाकी आने ने। उन्हें कहना अच्छा, मैं हाँ। उन्हें कहना चलो भाजी भेज देंगे पैसे। पर रुपया किन्ना इकट्ठा हो जाता जी 10-12 लाख होया कि फिर जिहड़े पैसे है उन्होंने नाल बनया 22 करोड़ का एक वो होस्पिटल। वो होस्पिटल बनया उस 22 करोड़ का कि जिहड़े होस्पिटल ने पूरे पंजाब के मैडिकल माफिया दियां नीहां हड़ा दियां। पूरे डॉक्टर जिहड़े सीगे दुनिया नूं लुटदे सीगे, जिहड़े डॉक्टर मैडिकल माफिया लखां रुपया लैंदे सी, लाशां तक नहीं दिंदे अपने होस्पिटलां चों, मरिया बंदिआं नूं मशीनां च ला छड्डदे सी, उहनां डॉक्टरां दियां नीहां तक हलातियां उस पैसे ने। जिहड़ा पैसा मैं झूठ मारदा हुंदा सी कि सानूं अजे होर चाहीदे ने पैसे, क्यों चाहिए ही कि कदे 1 लेंटर पैन डे, कदे 2 लेंटर पैन डे, कदे 3 लेंटर पैन डे। जिदन पूरा हॉस्पिटल बन गया और उस तो बाद वीरियो मैं लोगों को साफ कहना शुरू कर दिता कि हम पैसे की जो चलो हम अज सू लोड़ हैगी। चलो मैं मानता कि डॉक्टर तनखावान ने, स्टाफ दनखावान ने, अते होर बड़ा कुछ आ, बिजली के बिल ने, 70-80 लाख का खर्चा वा। पर मेरी आदत आ मैं जी गल कर लग पा वो ही मैं खुब जाता हाँ, थोड़े इमोशनल मेरे जड़े ने बेकाबू हो जाते हैं। फिर मैं मुद्दे पर आता हाँ। वीर जी हुणा ने लख नवतेज ह्यूमैनिटी दोहा कतर की टीम वालों 1 लाख रुपया वीर ने दान किया है और मैं इतने जरूर एप्रीशिएट करांगा कि हैरी वीर जी ने, हैरी घूमन वीर जी और करण सेखवा वीर जी ने और इधर कहांगा सुखा रियाड़ वीर जी और मनजीत सिंह वीर जी ने और लवप्रीत वीर जी और सुखराज वीर जी ने पर रवि झंडे पिंड तो ने रवि वीर जी। बड़ा प्यारा जो मैसेज है जिन्हें भी नहीं आ सके ये मैं वह भी दसागा कि मैं वैसे तो सारिया गल् दस ही चुकिया हाँ, ये कोई शंका नहीं कि 177 बंदियों का जहाज उड्डिया दोहा कतर तो जहाज का नाम की सी? जहाज का नाम नवतेज ह्यूमैनिटी क्लब, जहाज का नाम से नवतेज ह्यूमैनिटी क्लब। और जिड़े उत्थे लोग फसे ही 170 पंजाबी नौजवानों लैके उड्डिया और अमृतसर विखे उतरिया और सब तो वड्डा जिहड़ा ये सारी संस्था जिहड़ी आ इन्हां सारिआं नूं इकट्ठे करके रखिया, इन्हां नूं सारे मैनेजमेंट का जिहड़ा सारी मेहनत आ वह करदे ने जिहड़े प्रधान साहब ने दिलबाग सिंह रियाड़ साडा मतलब दोहा कतर विखे उन्हें झंडे गड्डे ने नवतेज ह्यूमैनिटी क्लब के झंडे रहराउंदे ने दोहा कतर दे विच। अंबैसी वाले जिहड़े ने सलूट मारदे ने साडे शरीर नूं, सलूट मारदे ने अंबैसडर जिहड़े ने, क्यों? क्योंकि मतलब काम करके विखाया उन्होंने। जदों लॉकडाउन सीगा 20 लख दा राशन वंडिया और मैं तुहानूं इत्थे दसांगा कि मतलब 20 लख रुपए का दोहा कतर च उन्होंने राशन वंडिया, 20 लख रुपए का नवतेज सिंह गुगू ने इतने राशन वंडिया, तो गुगू के होए परचे तो दोहा कतर वाले दिलबाग सिंह रियाड़ वीर सम्मानित किया गया। ये फर्क आ इंडिया विच ते बाहरलियां कंट्रियां च, अहीं भी 14-15 लख का राशन वंडिया सीगा ते साडे ते उदों परचा हो गया सीगा
और उस तो बाद हुण फिर साडे ते जिहड़ा परचा होया सी एक 19 बंदियां ते परचा किदां साडे नाल धक्के साई होई किदां तू तू के मरीजां नूं बाहर कढ़िया। और वीरे मैं वह भी गल एक खास दसा वो जिन्हें लोग सीगे जिन्हें लोगों ने यह सारा जुल्म कमाया सीगा जिन्हें लोगों ने धक्के साई कराई सी चाहे कि हर हर वर्ग के भाई कोई प्रशासन चाहे कोई सरकार सर सारे मतलब बाबे नानक की सारे ही डांग बज चुकी है सारे नुकरों नुकरी लगे ने कोई सस्पेंड हो गया कोई बदल गया किसी को कोरोना पॉजिटिव हो गया तो कोई क्वारंटाइन हो गया और सारे भीर मैं हैरान हाँ बाबे नानक का मैं देखता वहां कि जो मरीज इन्होंने इतों कढ़े हे जे दो मरीज मरे धू धू के मरीज कढ़े बेचारे और कि जुल्म कमाया सीगा और उस जुल्म का वाकई बाबे नानक ने कले कले को बदला लिया कले कले को कई कोरोना पॉजिटिव हो गया और मैं मतलब चलो मैं रब अगे यही अरदास करता कि परमात्मा किसी की सेहत को ना खराब करे चाहे कोई साडा दुश्मन है पर सेहत किसी की चलो नहीं खराब होनी चाहिए चलो खैर मैं मेरे वो हाडी सोच इदा ही है पर बाबे नानक ने जी अपनी सजा देनी ही उदी लाठी ने तरस तुरस नहीं किया कि लाठी वजी वजी धोन दे जिन्ना जिन्ना ने इतने को कर्म कमाया क्योंकि सारे ही कोई पॉजिटिव हो गया जिन्हें जिन्हें करैक्टर से कोई सस्पेंड हो गया मैं हैरान हाँ तो साडा जो होस्पिटल आ उदा ही दीन दुखेली सेवा च लगा बाबे नानक की सेवा उदा चल रही है यार ये होंगे सच तो झूठ है। और जे उस टाइम जो मैं अंदर जेल च सुट दिता गया है जे नौजवान वीर ने आके प्रोटेस्ट किया धरना लाया परवाना वीर जी राजपुरा वाले दविंदर वीर जी मनजोत सिंह अपने मनजोत सिंह अपने वीर गदरीवाल वाले शेरू वीर साढ़े शेरू वीर हाँ जी बाकी लोगों ने सपोर्ट की ही कि चलो बाकी मैं चलो वीर यही गल करता हाँ कि चलो गल्लां तां बड़ियां ने बड़ा जी करता अज ऐतवार आ ते ऐतवार होने करके सारिया चीज़ां मैं तुहाडे नाल सांझियां करदा पिया हाँ ते बाकी खैर ये 1,00,000 रुपया जी सेवा है वीर ने अपने खून पसीने की कमाई जी सानू भेजी है। और वीर मैं फिर मैं अज एक गल कहांगा कि मैनू कसम वा इस सेवा की इस खून पसीने की कमाई की मैं कसम खा के कहता हाँ कि तुसीं इस हॉस्पिटल से आओ यार ताडा एक रुपया नहीं लगेगा तुसीं इत्थे भेजो मैं इन्हां राही वीरां नूं कहिंदा हां कोई वीडियो वेंदे जे तुसीं भावक ना होया करो उसे वेले वीडियो नूं साडे कोल भेजो असीं लख 10-10, 20-20 लख रुपया कई बार लोगों को पहुँच जाता वा एक मरीज जिहड़ा हुंदा उहदे कोल 20 लख रुपया चला जाता कई बार तो पैसे बाकी कित्थे जांदे ने सो इस करके बाकी मैं ये गल कहना बाकी मेरी समाज सेवक वीर भी बेनती है सच्चे सुचे समाज सेवक ने चंगे समाज सेवक ने मेहनती समाज सेवक ने मेरी उन्होंने वीर भी बेनती कि यार जो कोई ढेर को मरीज आता तो मेरे न संपर्क करो थोड़ा अपना हॉस्पिटल आ पंजाब का सब तो बेस्ट वाला चैरिटेबल हॉस्पिटल आ कोई कमी नहीं इतने डॉक्टर जोड़े ने सुपर स्पैशलिस्ट डॉक्टर ने सिर्फ एक दिल की बीमारी छड़ के हर तरह का इलाज है इतने आओ किसी तरह की कोई प्रॉब्लम नहीं ना बहुत ही गल हों गड्डी भेज दिया करेंगे सो इस करके मैं ना ये दो गल करना हाँ बाकी मैं स्पैशल तौर पर धन्यवाद है मतलब वीर का मैं करा कि सहयोगी वीर जे ने जो 1,00,000 रुपया हमें दान होया है वीर ये जो साथ दिता है सरदार मनिंदर सिंह रोमी सरदार जगदीप सिंह पड्डा अमृत खहरा हरिंदर सिंह गुराया सुरजीत सिंह पवार सरबजीत सिंह रियाड़ बरविंदर सिंह और अन्ना बैंस निम्मा निम्मा बैंस निम्मा वीर निम्मा बैंस जसपाल सिंह और जी इंडिया अंबैसी आ उन्होंने साथ है देखो इंडिया के जो अंबैसी के उत्थे ऑफिसर ने उन्होंने भी साथ पाया इस 1,00,000 रुपए की सेवा च संजीव शर्मा मैडम पूनम शर्मा और नाल जिहड़े अंबैसडर ने सब तो वड्डी रखो वीर किन्नी खुशी की गल है कि जिहड़े दुहा कतर अंबैसी के अंबैसडर ने उन्हों का भी साथ है इस सेवा च जिहड़े अंबैसडर साहब ने मिस्टर पी कमरान और मिस्टर फामी और मिस्टर धीरज कुमार और नाल रवि दासिया कम्यूनिटी साडी सत्कारयोग
रवि दासिया कम्युनिटी का वड्डा सहयोग है इस सेवा दे विच। वीर दविंदर सिंह बैंस और हीरा सिंह और कलविंदर माहीवीर ये वीर का साथ है वीर और बाकी सब सिंह सेवा ग्रुप वड्डा सहयोग। सिंह सेवा ग्रुप वीर बड़ा एक दुहा कदर दे विच बड़ा सत्कारयोग एक ग्रुप वा बड़े सत्कारयोग वीर ने उन्होंने बड़ा समय समय से साथ दिते रहते हैं। सिंह सेवा ग्रुप जिहड़ा है उन्हां वल्लों भी लॉकडाउन के दरमियान मतलब मैं पहले ही दस गए 22 लाख रुपए का राशन वंडिया है मतलब उन्होंने और सेवा निभाई है वीर ने और केरला पंजाब हरियाणा तक भी नौजवानों को पहुँचाया वा जो नौजवान फसे केरला के हरियाणे के नौजवान जो दो दिन फसे उन्होंने भी अपने घर पहुँचाया है। जो वो फ्लैट इतने आई अमृतसर इतों फिर गड्डिया करा करा के केरला के हरियाणा भेजिया ने मतलब एक बड़ा वड्डा उपराला है वीडियो एक काम हाँ काम काम दसते पे हैं ये कलियाँ वीडियो बना के नहीं पाइया सिर्फ एक काम करके दसते पे कि देखो किन्ने वे लैवल से इन्होंने नौजवान वीर ने जोड़ा काम किया है वीडियो सब तो साथ ना है। चलो तुम जुड़े हो सारे साथ दे रहे हैं और जिड़े वीर इतने नहीं पहुँच सके मैं उन्होंने वीर का भी रैफरेंस देवगा जिमी अमृतसर अवतार नाहर अजनाला हैप्पी पन्नू मन्ना गाजी नंगली प्रीत गिल अजनाला लव महल और सब अपना ये बड़ा प्यारा मैसेज बाकी सर मैं थोड़े वीर इस वीडियो को वध तो वध शेयर कर दिया करो ताकि हर बंदे तक मैसेज आए। वीडियो शेयर करनी ਤਾਂ ਜ਼ਰੂਰੀ ਆ ਕਿ ਇਹ ਜਿਹੜੇ ਵੀਰਾਂ ਨੇ ਇੰਨੀ ਸੇਵਾ ਕੀਤੀ ਹੈ ਲੋਕਡਾਊਨ ਦੇ ਦਰਮਿਆਨ ਦੋਹਾਂ ਕਦਰ ਸੇਵਾ ਕੀਤੀ ਹੈ ਉੱਥੋਂ ਦੇ ਫਸੇ ਨੌਜਵਾਨਾਂ ਨੂੰ ਜਹਾਜ਼ਾਂ ਦੇ ਉੱਤੇ ਭਰ ਭਰ ਕੇ ਇੱਧਰ ਭੇਜਿਆ ਹੈ ਔਰ ਅੱਜ 1 ਲੱਖ ਰੁਪਈਆ ਲੈ ਕੇ ਸਾਡੇ ਕੋਲ ਆਏ ਨੇ। ਇਹਨਾਂ ਵੀਰਾਂ ਦੀ ਜਿਹੜੀ ਸੇਵਾ ਵਾ ਇਹਨਾਂ ਵੀਰਾਂ ਦੀ ਸੇਵਾ ਜਿਹੜੀ ਹੈ ਇਹਨੂੰ ਤਾਂ ਹੀ ਪਹੁੰਚਾਇਆ ਕਰੋ ਉਹਦੇ ਨਾਲ ਨੌਜਵਾਨ ਵੀਰਾਂ ਨੂੰ ਇੱਕ ਬੂਸਟ ਮਿਲਦੀ ਹੈ ਬੰਦੇ ਦਾ ਇੱਕ ਹੌਸਲਾ ਵੱਧਦਾ ਹੈ ਔਰ ਦੂਜੀ ਜਿਹੜੀ ਗੱਲ ਆ ਕਿ ਵੀਡੀਓ ਤਾਂ ਵੀ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਵਿਖੇ ਇੱਕ ਹਸਪੀਟਲ ਆ ਜਿੱਥੇ ਲੋਕਾਂ ਦੇ ਇਲਾਜ ਫ੍ਰੀ ਹੁੰਦੇ ਨੇ ਔਰ ਇਹ NRI ਲੋਕਾਂ ਦੇ ਪੈਸੇ ਦੇ ਨਾਲ ਹੀ ਬਣਿਆ ਹੋਇਆ ਹਸਪੀਟਲ ਆ ਔਰ ਉਹ ਲੋਕ ਇਸ ਹਸਪੀਟਲ 'ਚ ਆਪਣੇ ਮਰੀਜ਼ਾਂ ਨੂੰ ਘੱਲਣ ਔਰ ਜਿਹੜੀ ਮਿਸਯੂਜ਼ ਹੋ ਰਿਹਾ ਵਾ ਪੈਸਾ ਉਹ ਪੈਸਾ ਮਿਸਯੂਜ਼ ਹੋਣ ਤੋਂ ਬਚੇ। ਹਾਂਜੀ ਕਿੱਥੇ ਗਏ ਭੈਣ ਜੀ ਨਾਲ ਹੀ ਜਿਹੜੇ ਮਾਰਿਓ ਆਵਾਜ਼ ਜਿਵੇਂ ਹੁਣ ਇੱਧਰ ਲਾਈਟ ਜਗਾਏ ਦੋ ਮਿੰਟ ਜਲਦੀ ਇਹ ਐਮਰਜੈਂਸੀ ਹੈ ਸਾਡੀ ਐਮਰਜੈਂਸੀ ਵਾਰਡ ਆ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਐਮਰਜੈਂਸੀ ਵਾਰਡ ਭਰਿਆ ਵਾ ਹੁਣ ਉੱਤੇ ਵੀ ਮਰੀਜ਼ ਭਰੇ ਨੇ ਐਮਰਜੈਂਸੀ ਵੀ ਸਾਡੀ ਸਾਰੀ ਭਰੀ ਆ ਔਰ ਹੁਣ ਅਸੀਂ ਕੀ ਕਰਨ ਲੱਗੇ ਹਾਂ ਵੀਰੋ ਜੀ ਆਹ ਕੰਧ ਲੱਗੇ ਹਾਂ ਕੱਢਣ ਆਹ ਵਾਲੀ ਕੰਧ ਜਿਹੜੀ ਹੈ ਨਾ ਇਹ ਕੰਧ ਇੱਥੋਂ ਲੈ ਕੇ ਇੱਥੋਂ ਤੱਕ ਇਹ ਕੰਧ ਜਿਹੜੀ ਅਸੀਂ ਕੱਢ ਦੇਣੀ ਆ ਇਹ ਕੰਧ ਕੱਢ ਕੇ ਦੀ ਬੈਕ ਸਾਈਡ 'ਤੇ 1/2 ਕਿੱਲਾ ਜ਼ਮੀਨ ਦਾ ਵਾ ਔਰ ਹੁਣ ਅਸੀਂ ਪਿੱਛੇ ਹੋਸਪਿਟਲ ਨੂੰ ਹੋਰ ਵਧਾਉਣ ਲੱਗੇ ਹਾਂ ਕਿਉਂਕਿ ਐਮਰਜੈਂਸੀ ਸਾਡੀ ਛੋਟੀ ਆ ਲੋਕ ਜ਼ਿਆਦਾ ਨੇ ਮਰੀਜ਼ ਬਹੁਤ ਜ਼ਿਆਦਾ ਨੇ ਅੱਜ ਐਤਵਾਰ ਦਾ ਦਿਨ ਵਾ ਤੁਸੀਂ ਦੇਖਿਆ ਕਿ ਫਿਰ ਵੀ ਹੋਸਪਿਟਲ ਜਿਹੜਾ ਹੈ ਸਾਰਾ ਭਰਿਆ ਹੋਇਆ ਹੈ ਔਰ ਮੈਂ ਬੜੀ ਅਲੱਗ ਅਲੱਗ ਤਰ੍ਹਾਂ ਦੇ ਸਾਡੇ ਕੋਲ ਮਰੀਜ਼ ਆਉਂਦੇ ਨੇ ਇੱਥੇ ਔਰ ਬਾਕੀ ਸਭ ਤੁਹਾਡੇ ਸਾਥ ਨਾਲ ਹੈ ਤੁਸੀਂ ਜੁੜੇ ਹੋ ਔਰ ਇਹ ਸੇਵਾ ਹੋ ਰਹੀ ਹੈ ਮੈਂ ਚਾਹੁੰਦਾ ਹਾਂ ਕਿ NRI ਵੀਰਾਂ ਨੂੰ ਪਤਾ ਲੱਗੇ ਔਰ ਜਿਹੜੇ ਚੰਗੇ ਸੱਚੇ ਸਮਾਜ ਸੇਵਕ ਵੀਰ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹ ਹੋਸਪਿਟਲ ਤੁਹਾਡਾ ਵਾ ਇਸ ਹੋਸਪਿਟਲ ਦੇ ਵਿੱਚ ਤੁਸੀਂ ਮਰੀਜ਼ਾਂ ਨੂੰ ਘੱਲਿਆ ਕਰੋ ਬਾਹਰ ਜਿਹੜੇ ਪ੍ਰਾਈਵੇਟ ਹੋਸਪਿਟਲ ਨੇ ਉੱਥੇ ਲੱਖਾਂ ਰੁਪਈਆ ਦੇਣ ਦੀ ਤੁਹਾਨੂੰ ਜ਼ਰੂਰਤ ਨਹੀਂ ਤੁਸੀਂ ਮਰੀਜ਼ ਕੋਲ ਜਾਇਓ ਦੋ ਮਿੰਟ ਲਾਗੇ ਜਾਇਓ ਦੋ ਮਿੰਟ ਜਿਵੇਂ ਇੱਧਰ ਭੈਣ ਜੀ ਦੋ ਮਿੰਟ ਇੱਧਰ ਜਿਵੇਂ ਇਹ ਭੈਣ ਸਾਡੇ ਕੋਲ ਆਈ ਹੈ ਭੈਣ ਜੀ ਕੀ ਤੁਹਾਡੀ ਕੀ ਪ੍ਰੋਬਲਮ ਆ ਦੱਸੋ ਇਹਨਾਂ ਦਾ ਆਪਰੇਸ਼ਨ ਹੋਣਾ ਵਾ ਕਿੱਥੋਂ ਆਏ ਜੇ ਆਹ ਵੱਲੇ ਤੋਂ ਆਏ ਨੇ ਹੈਪੀ ਵੱਲੇ ਨੇ ਘੱਲਿਆ ਹੈ ਦੇਖੋ ਮੈਂ ਫਿਰ ਕਹਾਂਗਾ ਕਿੰਨਾ ਨੇ ਘੱਲਿਆ ਤੁਹਾਨੂੰ ਹੈਪੀ ਵੀਰ ਨੇ ਘੱਲਿਆ ਨਾ ਬਟਾਲਾ ਵਾਲੇ ਕੀ ਲਿਖਿਆ ਕਵਲਜੀਤ ਸਿੰਘ ਨਹੀਂ ਹੈਪੀ ਵੀਰ ਨੇ ਘੱਲਿਆ ਵਾ ਹੈਪੀ ਵੱਲੇ ਤੋਂ ਨੇ ਵੀਰ ਬੜੇ ਸੱਚੇ ਸੁੱਚੇ ਸਮਾਜ ਸੇਵਕ ਵੀਰ ਨੇ ਜਿੱਦਣ ਸਾਡਾ ਇੱਥੇ ਮੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀਗਾ ਅਤੇ ਜਿਹੜਾ ਮਗਰੋਂ ਧਰਨਾ ਲਾਇਆ ਸੀਗਾ ਵੀਰਾਂ ਨੇ ਉਹਦੇ ਵਿੱਚ ਵੀ ਹੈਪੀ ਵੀਰ ਪਹੁੰਚੇ ਸੀਗੇ ਔਰ ਇਹਨਾਂ ਨੂੰ ਉਹਨਾਂ ਨੇ ਘੱਲਿਆ ਦੇਖੋ ਹੈਪੀ ਵੀਰ
ਕੋਲ ਮਰੀਜ਼ ਗਿਆ ਉਹਨਾਂ ਮੇਰੇ ਕੋਲ ਚਿੱਠੀ ਲਿਖ ਕੇ ਭਾਵਾ ਮੈਨੂੰ ਆ ਹੈਪੀ ਵੀਰ ਨੇ ਕੀਤਾ ਉੱਤੇ ਚਿੱਠੀ ਲਿਖ ਦਿੱਤੀ ਤੇ ਸਾਰਾ ਲਿਖ ਦਿੱਤਾ ਕਿ ਭਾਜੀ ਇਹਦਾ ਪ੍ਰਸ਼ਨ ਹੋਣਾ ਕਰੂ ਤੇ ਆਪਾਂ ਕਰਨ ਲਈ ਤਿਆਰ ਆ ਕੋਈ ਟੈਨਸ਼ਨ ਨਹੀਂ ਆ ਲੋ ਹੋਏ ਆ ਪ੍ਰਸ਼ਨ ਠੀਕ ਆ ਪਰ ਨਹੀਂ ਲੱਗਦੇ ਹਾਂ ਇਹ ਭੈਣ ਆਈ ਹੈ ਨਾਲ ਭੈਣ ਨੇ ਚੁਮਟਾ ਫੜਿਆ ਹੈ ਵੀਰੇ ਮੈਨੂੰ ਆਪ ਬੜਾ ਸੰਗੀਤ ਦੇ ਨਾਲ ਪਿਆਰ ਆ ਔਰ ਮੈਂ ਇਹਨਾਂ ਨੂੰ ਕਹਾਂਗਾ ਕਿ ਦੋਵਾਂ ਚੁੱਪ ਕਰਿਆ ਪੱਖਾ ਕਰੇ ਬੰਦ ਚਲਦੀ ਮੈਂ ਇਹਨਾਂ ਨੂੰ ਕਹਾਂਗਾ ਕਿ ਕੋਈ ਤੁਸੀਂ ਕੁਝ ਸਾਨੂੰ ਸੁਣਾਓ ਕੋਈ ਅੱਛਾ ਪਿਆਰਾ ਜਿਹਾ ਮੈਸੇਜ ਰੱਬ ਦਾ ਸੁਣਾਓ ਹਾਂ ਭਲਾ ਕੁਝ ਹਾਂਜੀ ਹਾਂ ਚੁੱਪ ਕਰਾਇਓ ਦੋਵਾਂ ਇੱਧਰ ਚੁੱਪ ਸਾਰਿਆਂ ਨੂੰ ਚੁੱਪ ਕਰਾ ਦਿਓ ਦੋ ਮਿੰਟ ਜਾਇਓ ਦੋ ਮਿੰਟ ਚੁੱਪੋ ਲੜਕੀ ਨੂੰ ਵੀ ਕਰਾਇਓ ਚੁੱਪੋ ਸਾਹਮਣੇ ਉੱਧਰ ਦੋ ਮਿੰਟ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਫਿਰ ਦੱਸਦਾ ਕਿ ਇਹ ਭਾਈ ਸਾਹਿਬ ਦਾ ਹਰਨੀਆਂ ਦਾ ਪ੍ਰਸ਼ਨ ਹੋਣਾ ਦੂਰਬੀਨ ਦੇ ਨਾਲ ਅਸੀਂ ਕਰਾਂਗੇ ਬਾਹਰ ਸਾਠ ਖਰਚਾ ਇੱਥੇ ਫ੍ਰੀ ਹੋਏਗਾ ਹੈਪੀ ਬੱਲਾ ਸਮਾਜ ਸੇਵਕ ਵੀਰ ਵੱਲੋਂ ਇਹ ਮਰੀਜ਼ ਸਾਡੇ ਕੋਲ ਚਿੱਟ ਲਿਖ ਕੇ ਭੇਜਿਆ ਗਿਆ ਹੈ ਨਾਲ ਇਹਨਾਂ ਦੇ ਇਹ ਸਾਥੀ ਹਨ ਔਰ ਨਾਲ ਇਹਨਾਂ ਦੇ ਆਏ ਨੇ ਔਰ ਇਹਨਾਂ ਦੇ ਕੋਲ ਚਿਮਟਾ ਵੇਖ ਕੇ ਮੈਂ ਦੇਖਿਆ ਕਿ ਕੋਈ ਕੋਈ ਅੱਛਾ ਜਿਹਾ ਪਿਆਰਾ ਜਿਹਾ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕਰੋ ਸਾਨੂੰ ਹਾਂਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਮੈਂ ਸੋਭਾ ਸੰਗੇ ਆਇਆ ਸੋਨਾ ਬਾਬੇ ਨਾਨਕ ਸੋਨਾ ਦਰ ਬਾਬੇ ਨਾਨਕ ਅਜੋ ਸੋਰਾ ਦਰਸ਼ਨ ਕਰੀਏ ਓ ਸੋਰਾ ਦਰਸ਼ਨ ਕਰੀਏ ਬਾਬਾ ਨਾਨਕ ਆਇਆ ਸੋਨਾ ਦਰ ਬਾਬੇ ਨਾਨਕ ਦਾ ਸੋਨਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੰਗੇ ਆਇਆ ਨਾਲੇ ਗੁਰਾਂਦੇ ਪੰਜ ਪਿਆਰੇ ਨਾਲੇ ਗੁਰਾਂਦੇ ਪੰਜ ਪਿਆਰੇ ਗੁਰਕੇ ਹੱਥ ਸੋਇਆ ਸੋਨਾ ਦਰ ਬਾਬੇ ਨਾਨਕ ਦਾ ਸੋਨਾ ਦਰ ਬਾਬੇ ਡਿਸਟੈਂਸ ਡਿਸਟੈਂਸ ਮੈਂ ਸੋਭਾ ਸੁਣਵਾਇਆ ਸੋਨਾ ਦਰ ਬਾਬੇ ਨਾਨਕ ਦਾ ਸੋਨਾ ਦਰ ਬਾਬੇ ਨਾਨਕ ਨਾਲੇ ਗੁਰਾਂਦੇ ਪੰਜ ਪਿਆਰੇ ਨਾਲੇ ਗੁਰਾਂਦੇ ਪੰਜ ਪਿਆਰੇ ਬੜਾ ਰਚ ਕੇ ਦਰਸ਼ਨ ਪਾਇਆ ਸੋਨਾ ਨਰ ਬਾਬੇ ਨਾਨਕ ਦਾ ਸੋਨਾ ਨਰ ਬਾਬੇ ਨਾਨਕ ਦਾ ਮੈਂ ਸੋਭਾ ਸੁਣਵਾਇਆ ਸੋਨਾ ਨਰ ਬਾਬੇ ਨਾਨਕ ਦਾ ਸੋਨਾ ਨਰ ਬਾਬੇ ਨਾਨਕ ਦਾ ਸੰਗਤਾਂ ਨੇ ਜੀ ਡੇਰਾ ਲਾਇਆ ਸੰਗਤਾਂ ਨੇ ਜੀ ਡੇਰਾ ਲਾਇਆ ਗੁਰੂ ਮੰਜੇ ਦੇ ਆਸਣ ਲਾਇਆ ਸੋਨਾ ਨਰ ਬਾਬੇ ਨਾਨਕ ਦਾ ਸੋਨਾ ਨਰ ਬਾਬੇ ਨਾਨਕ ਦਾ ਸੋਭਾ ਸੁਣਵਾਇਆ ਸੋਨਾ ਨਰ ਬਾਬੇ ਨਾਨਕ ਦਾ ਸੋਨਾ ਨਰ ਬਾਬੇ ਨਾਨਕ ਦਾ ਵਾਹਿਗੁਰੂ ਜੀ ਜਿਹੜੀ ਹੋਸਪਿਟਲ ਵਾਲੀ ਲਾਈਨ ਤੁਸੀਂ ਬੋਲੀ ਹੋ ਦੁਬਾਰਾ ਬੋਲਿਓ ਹਾਂ ਹਾਂਜੀ ਪਿਆਰਾ ਵੀਰੇ ਬੜਾ ਪਿਆਰਾ ਇੱਕ ਲਫ਼ਜ਼ ਆ ਭੈਣ ਨੇ ਆਪਣੇ ਸ਼ਬਦ ਵਿੱਚ ਹਾਂ ਭੈਣ ਨੇ ਆਪਣੇ ਸ਼ਬਦ ਵਿੱਚ ਕਿਹਾ ਹੈ ਕਿ ਅੰਮ੍ਰਿਤਸਰੋਂ ਮੈਂ ਹਸਪਤਾਲ 'ਚ ਆਇਆ ਔਰ ਆ ਕੇ ਸੰਗਤਾਂ ਦਾ ਦਰਸ਼ਨ ਪਾਇਆ ਔਰ ਬੜਾ ਪਿਆਰਾ ਵੀਰ ਇਹ ਵਾਕਈ ਬਾਬੇ ਨਾਨਕ ਦਾ ਸਹਿਰ ਹੈ ਮੈਂ ਕੁਝ ਬਾਬਾ ਨਾਨਕ ਹਸਪਤਾਲ ਵਾਲਿਆਂ ਦੀ ਚਰਨਾਂ ਵਿੱਚ ਤੇਰੇ ਚਰਨਾਂ ਵਿੱਚ ਤੇਰੇ ਤੇਰਾ ਸੁਖਨਾਮ ਕੀ ਦਿੱਤੋ ਸਰ ਜੀ ਨਵਤੇਜ ਸਿੰਘ ਗੁੱਗੂ ਤੇਜ ਸਿੰਘ ਮਾੜੇ ਅੰਸਰ ਜਿਹੜੇ ਗੁੱਗੂ ਆਲੋਚਕ ਨੇ ਲੈ ਲਓ ਦੱਸ ਗਰੀਬੀ ਜੀ ਬਾਬਾ ਨਾਨਕ ਵਾਲੇ ਲੈ ਲਓ ਦੱਸ ਗਰੀਬੀ ਜੀ ਬਾਬਾ ਲੈ ਲਓ ਦਾਤ ਗਰੀਬੀ ਦੀ ਬਾਬਾ ਨਾਨਕ ਮੰਡੇ ਇਸ ਭੈਣ ਨੇ ਕਿਹਾ ਹੈ ਮੈਨੂੰ ਕਿਹਾ ਹੈ ਕਿ ਦਾਤ ਲੈ ਲਓ ਲੋਕਾਂ ਦੀ ਮਤਲਬ ਕਿ ਬਾਬੇ ਇਹ ਬਾਬੇ ਨਾਨਕ ਦਾ ਰੂਪ ਹੀ ਹੈ ਜਿਹੜੇ ਦੀਨ ਦੁਖੀ ਬੇਸਹਾਰੇ ਲੋਕ ਆਉਂਦੇ ਨੇ ਇਹਨਾਂ ਦਾ ਇਹ ਕਹਿਣ ਦਾ ਮਤਲਬ ਆ ਕਿ ਇਹ ਬਾਬੇ ਨਾਨਕ ਦਾ ਰੂਪ ਨੇ ਔਰ ਮੈਂ ਵੀ ਅਕਸਰ ਆਪਣੇ ਸਟਾਫ ਨੂੰ ਇਹ ਗੱਲ ਕਹਿੰਦਾ ਵਾਂ
कि जो भी कोई मरीज आता वा तो वो परमात्मा वेख्या करो और मदद करोगे उन्होंने ठीक करोगे तो समझ लो ता ही तुम रब न पाया। बड़ा प्यारा वीर मैसेज है श्री गुरु नानक देव जी का, अच्छ नाम बार बार गूंजया है और श्री गुरु नानक देव जी बटाला शहर के माता सलखड़ी जी नूं आए सन विहण वास्ते। श्री गुरु नानक देव जी बटाला विच बाबे नानक का विह होया है, माता सलखड़ी जी नूं बटाला विखे आए सन। बड़ा प्यारा मैसेज है वीर, इदां दी जिहड़ी वीडियो सी उन्होंने शेयर कर दो। इसी तरह इधर हम जो पेशेंट ने मैं तुम दिखा लाँगा, जो वीर दोहा कत्तर वाली सारी टीम खड़ी है वीर, सारे वीर आए ने, 1,00,000 रुपया दान किया है और इदा ये एमरजेंसी हड़ा। हाँ ये वीर लाइट्स गए, ये वीर जी ने जिन्हों का ये रिक्शा चलाते, गुरसिख वीर है रिक्शा चला है। हाँ जी ये गुरसिख वीर है रिक्शा चला है और इन्हों की लत टुट गई है, दिखा लाँगा इतों लत टुट गई है। इन्हों का इतने ऑपरेशन होएगा लगभग फ्री ऑफ कॉस्ट होएगा। जे बाहर किसी हॉस्पिटल से चले जाते तो 50-60-70,000 रुपया उन्होंने इन्होंने को लेना ही और इतने आए ने। गुरसिख वीर है रिक्शा चला है वीर, कि एक खास मैसेज है। इधर भी पेशेंट ने इधर, हाँ सब थोड़े साथ नाल है, तुसी जुड़े हो, ये साडा लोगो हॉस्पिटल का और ये दोहा कतर दे वीर जी टीम है सारी और इन वीर ने सेवा जी है। कोई गल नहीं, ढोडा भी हो जाएगा। ये देख सकते हो कि भाजी उन्होंने एक हाथ भी कटिया होया है और हूँ इन पेट का ऑपरेशन, इन्हें ढिड की सर्जरी होनी है, दूरबीन के ऑपरेशन होना वा इन्हों का। और बाहरों किन्ने पैसे लगते, बाहरों पता किया है 10,000 रुपया मंगया थी। अच्छा अच्छा, गुरु नानक खालसा सर ने फिर मैं गरीब करके मैं नहीं करा सकता। अच्छा अच्छा अच्छा, कोई नहीं। दस रुपया गुरु नानक वाले ने मंगया ही पर दवाइया दवाइया का टेस्टा टूस्टा का बना बनू के 25-30-35,000 रुपया उन्हें लै लेना ही। पर वो दूरबीन ना चीरा ला के करना होना उन्होंने, हाँ चीरा ला के उन्हें करना ही। बाकी चलो इदा सब अपने ऑफिस तो बाहर ही नहीं निकल, पर भाई उन्होंने को असं बैठे हाँ, ये खुद पेशेंट्स को आके आप अगे होकर डील करते हैं, इन्हों की जी सोच है इन्हों सलाम है। तो जो भी सानू जिते जिते असं भाई उन्होंने साथ दे सकेंगे असं देवे, होर भी जिते भी साढ़े वीर सारे बैठे ने अभी जिन्हें भी इन्हें आए हैं सारे वो तो वह इन्हों का साथ देवे। बाकी जिते जिते वीर जिन्हों के मन च चाह है सेवा का, वो एक करी भाई उन्होंने कॉन्टैक्ट जरूर करन, जिते भी इलाज की लड़ है किसी मरीज में तो भाई उन्होंने को जरूर भेजो। इन्नी की जी बेनती है, नवतेज ह्यूमैनिटी क्लब दोहा कदर दे सारे ही वीर ने, सेवादार वीर ने, उतों दानी सज्जन ने और बड़ी इन्हों का बड़ा साथ है साडे। और ये जिहड़ा हॉस्पिटल अं चला रहे हैं ये वीर, मैं एक बार फिर कहांगा कि 22-23 करोड़ की लागत इन्हों बना तो दिता वा, पर इनू चलाना इस तो भी औखा वा। 1,60-70 लाख रुपये का खर्चा, 1 महीने का साडा खर्चा है और इदा दे चलो सारे खर्चा पूरा हो जाता है और बाकी सब थोड़े साथ नाल है, क्योंकि ज़्यादा लोग बेचारे आते हैं कोई फ्री इलाज कोई बिल्कुल थोड़े लोग पैसे जिन्हें 2-3 हज़ार रुपया देंगे ने, पर साडा खर्चा बहुत हो जाता है। डॉक्टर दी तनखावां हॉस्पिटल का एक कला बिल ही 5 लाख रुपया आ जाता, बाकी चीज़ा बाद च और 25-30 लाख की दवाई ले दी आ और होर बड़ा बड़े व्डे खर्चे ने। बाकी सब थोड़े साथ नाल है तुम जो, पर मरीजों को कोई ना नहीं हटे मिलो, कोई वीर कोई संस्था कोई क्लब साढ़े को मरीज कलाउणगे तो आप पूरी तरह मरीजों को एक्सैप्ट करांगे और उन्होंने इलाज करके उन्होंने घर से भेजांगे, क्योंकि जो हॉस्पिटल तो बनिया ही आ चलता ही पाया वा तो फिर इस हॉस्पिटल लोगों आके अपना फायदा भी लेना चाहिए है। और NRI वीर मेरी फिर बेनती हाथ जोड़ के कि मैनू बड़ा दुख लगता है जो मैं ये गल्लां सुनता हाँ
कि एन आर आई वीर इमोशनल हो जाते हैं जो मिसयूज हो रहे हैं। बड़ा दुख लगता क्योंकि जो कोई एन आर आई वीर किसी की मदद करता वा तो वह मन की शांति भी करता है, वो अपना मानवता प्रति अपना फर्ज समझ के करता है। पर जो अग्यों आवाज़ इदा की आए भी अगे तो मिसयूज हो गए पैसे तो कि आत्मा दुख लगता है। सो इस करके यार किसी की किरत कमाई में मिसयूज ना करो, तो सब तो व्डा पाप आ। और मेरा एन आर आई मेरा यो बेनती कि तुम पैसा दूजे होस्पिटलों देने की बजाए तुम जो मरीज़ की मदद करते हो तो तुम दूजे होस्पिटलों को पैसा देंगे हो, पर तुम इस होस्पिटल से मरीज़ को भेजो पैसे की कोई चिंता ही नहीं। वह पैसा भी कोई मशीन लै दो कोई मतलब जिदा पिछले बिल्डिंग बना लगे हाँ तुम पैसा ना दो, इटा सुटा दो, सीमेंट सुटा दो, सरिया सुटा दो, डॉक्टर की पे कर दो, किसी स्टाफ की पे कर दो, कोई मशीन लै दो, इन चीज़ों के दवाइया लैके दे सकते हो तुम। इन चीज़ों से ना पैसा देने तो बकायदा भी सेवा हो जाती है। और इस होस्पिटल को एड्डा व्डा बना दिए मैं कहता हाँ इनू एक पंजाब का सब तो व्डा होस्पिटल बनाइए तो सारे पंजाब के मरीज इतने अपने इलाज करा और अपने आप ही सारा कुछ सारिया चीज़ों का हल ही है भाजी। हाँ जी सैस कर और हाँ जी दसो बजुर्ग कोई जागत करना चाहते जी मैं उतों भी वैसे तुम विखा लेना ही उत्ते 150-200 मरीज उपर दाखिल और उत्ते ऑपरेशन थिएटर च भी काफ़ी पेशेंट ने, रिकवरी वार्ड च भी काफ़ी पेशेंट ने। सो इस करके मैं किसी दिन तुम पिछे भी जगह रखागा, पिछे अं पहले ही अद्धा किला जमीन लैके रखी है भी लोड़ हूँ आप कंध कढ़ देनी है बिचों आई सामने कंध वेख रहे ये कढ़ के और आप पिछे एक नवी बिल्डिंग बनानी शुरू कर लगे हाँ क्योंकि रश बहुत ज़्यादा है, मरीज बहुत ज़्यादा ने। आ देखो जिदा सारा ही भरया होया है, ये अमरजेंसी वार्ड आ और हमने कोई अमरजेंसी आ गई तो मतलब साढ़े को रखने लिए अगे जगह नहीं होंगी करके अं अगे अमरजेंसी बना लगे हाँ और उत्ते भी सारा होस्पिटल भरया, सारे वार्ड भरे ने। तो चलो मैं हूँ ज़्यादा ना तो मेरे को बोलिया जा रहा वा तो इन्होंने वीरों भी जल्दी है तो थोड़ा भी टाइम नहीं ही खराब करना चाहते और मेरे फिर कल कोई नवी कोई वधिया प्यारा जिहा मैसेज लैके मैं कल फिर तुहाडे सामने हाजिर होवांगा। वाहिगुरू जी का खालसा वाहिगुरू जी। गुरु प्यारे अंत तक एक ही गल कहना चाहेंगे जो भी समाज सेवा के नाम के उत्ते अज गोरख धंधे खोल के बैठे हुए ने यह उन्होंने कदे भी नहीं भुलना चाहिए कि दान का पैसा खाण के नाल जिस दिन उसने निकलना है कोड़ वांग फुट फुट के निकलना है तो उदों तीर्थ नहाया मत्थे टेकिया कख नहीं होना क्योंकि वह साढ़े माड़े कर्म ने जोड़े सानू भोगने पैने ने। अज बेशक सानू लगता है कि असी गड्डिया ले लईया जमीन जायदादा बना लईया पर यह सब जमीन जायदादा इत्थे ही रह जानिया ने जितन रब के दर से ढुकना है उत्थे सिर्फ तो सिर्फ साढ़े कर्म वेखे जाने ने। ते जेकर गल की जाए गोल्डी और पुनीत की तो हूँ कि गोल्डी कह रहा है कि पुनीत तो उसका हिसाब लिता जाए तो मैं अपना देवांगा। हूँ वेखते हैं कि जो छाती नाल एक दूजे की लग के रोंदे रहे, इमोशनल वीडियो बना बना के पेजा उत्ते पाते रहे, आखिर हिसाब किताब देन वेले अलग अलग होके भी कितना हिसाब किताब पूरा करते ने। तो ये सब इस मसले उत्ते की सोचते अपने विचार नीचे कमेंट्स दे विच जरूर देना, वीडियो चंगी लगी होवे लाइक ते शेयर भी जरूर करना। वाहेगुरु जी का खालसा वाहेगुरु जी की फतेह। सिख धर्म की हर गतिविधि अते गुरबाणी वास्ते हुणे सबसक्राइब करो गुरबाणी अखंड बाणी अते नोटिफिकेशन वास्ते बैल नूं रिंग करो।